ਹਾਂਜੀ, ਕੀ ਹਾਲ ਨੇ ਜੀ ਸਾਰਿਆਂ ਦੇ? ਉਮੀਦ ਕਰਦਾ ਕਿ ਸਾਰੇ ਬਹੁਤ ਵਧੀਆ ਹੋਣਗੇ ਔਰ ਸਭ ਦੀ ਤਿਆਰੀ ਵੀ ਬਹੁਤ ਵਧੀਆ ਚੱਲ ਰਹੀ ਹੋਵੇਗੀ। ਮੈਂ ਲਖਵਿੰਦਰ ਰੇਸ ਅਕੈਡਮੀ ਦੇ ਔਨਲਾਈਨ ਪਲੇਟਫਾਰਮ 'ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕਰਦਾ। ਤਾਂ ਆਪਾਂ ਜੀ ਐਮ ਸੀ ਕਿਊ ਦੀ ਸੀਰੀਜ਼ ਸਟਾਰਟ ਕੀਤੀ ਹੋਈ ਆ, ਫੁੱਲ ਪੋਲਟੀ ਥਰੂ ਐਮ ਸੀ ਕਿਊ ਦੇ ਕਰਾਉਣ ਦਾ ਤੁਹਾਡਾ ਵਾਅਦਾ ਕੀਤਾ ਹੋਇਆ। ਤਾਂ ਉਸੇ ਸੀਰੀਜ਼ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਆਪਾਂ। ਅੱਜ ਆਪਣਾ ਸੈਕਿੰਡ ਪਾਰਟ ਹੋਊਗਾ ਇੰਡੀਅਨ ਕਾਂਸਟੀਟਿਊਸ਼ਨ ਦਾ, ਜਿਹਦਾ ਨਾਮ ਹੋਊਗਾ ਸਿਟੀਜ਼ਨਸ਼ਿਪ ਜਾਂ ਨਾਗਰਿਕਤਾ, ਆਰਟੀਕਲ 5 ਤੋਂ ਲੈ ਕੇ 11 ਤੱਕ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਨੂੰ ਬਿਨਾਂ ਕਿਸੇ ਟਾਈਮ ਨੂੰ ਖਰਾਬ ਕੀਤੇ, ਕਿਉਂਕਿ ਟਾਈਮ ਬਹੁਤ ਕੀਮਤੀ ਆਪਣਾ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਪਹਿਲੇ ਕੁਐਸਚਨ ਨੂੰ। ਤਾਂ ਆਰਟੀਕਲ 5 ਤੋਂ 11 ਪਾਰਟ 2 ਸਿਟੀਜ਼ਨਸ਼ਿਪ, ਪਹਿਲਾ ਕੁਐਸਚਨ ਦੇਖੋ ਜੀ। ਫਸਟ ਕੁਐਸਚਨ ਘੈਂਟ ਹੈਗਾ, ਸੋਲਵ ਕਰੀਏ ਇਹਨੂੰ। ਇਹਦੀ ਪੰਜਾਬੀ 'ਤੇ ਥੋੜ੍ਹਾ ਧਿਆਨ ਘੱਟ ਦਈਓ, ਕਿਉਂਕਿ ਪੰਜਾਬੀ 'ਚ ਤੁਸੀਂ ਜ਼ਿਆਦਾ ਉਲਝ ਜਾਓਗੇ। ਮੈਂ ਤਾਹੀਓ ਕਹਿੰਦਾ ਹੁੰਦਾ ਹਮੇਸ਼ਾ ਹੀ ਕਿ ਪੰਜਾਬੀ ਨਾਲੋਂ ਜ਼ਿਆਦਾ ਇੰਗਲਿਸ਼ ਨੂੰ ਪ੍ਰੈਫਰੈਂਸ ਦੇਣੀ ਸ਼ੁਰੂ ਕਰ ਦਿਓ, ਕਿਉਂਕਿ ਕੰਮ ਆਊਗੀ ਆਪਣੇ। ਨੋ ਡਾਊਟ ਜਿਨ੍ਹਾਂ ਦਾ ਮੀਡੀਅਮ ਪੰਜਾਬੀ ਆ ਉਹਨਾਂ ਨੂੰ ਬਹੁਤ ਔਖਾ ਲੱਗਦਾ, ਪਰ ਫਿਰ ਵੀ ਯਾਰ ਕੋਸ਼ਿਸ਼ ਕਰਿਆ ਕਰੋ ਕਿ ਇੰਗਲਿਸ਼ 'ਚ ਸੋਲਵ ਕਰਿਆ ਕਰੋ, ਮੈਂ ਹੈਲਪ ਕਰਦਾ ਤੁਹਾਡੀ। ਠੀਕ ਹੈ ਜੀ, ਪਹਿਲਾ ਕੁਐਸਚਨ ਆ, ਆਪਾਂ ਸਟੇਟਮੈਂਟ ਦੱਸਣੀ ਆ ਵੀ ਕਿਹੜੀ ਸਹੀ ਆ ਕਿਹੜੀ ਗਲਤ ਆ। ਪਹਿਲੀ ਸਟੇਟਮੈਂਟ ਆਹ ਆਪਣੀ, ਦੂਜੀ ਸਟੇਟਮੈਂਟ ਆਹ ਆਪਣੀ। ਠੀਕ ਹੈ ਜੀ, ਪਹਿਲੀ ਕਹਿ ਰਿਹਾ ਮੇਰੀ ਪੰਜਾਬੀ 'ਤੇ ਧਿਆਨ ਦਿਓ, ਇਸ ਪੰਜਾਬੀ 'ਤੇ ਥੋੜ੍ਹਾ ਘੱਟ ਧਿਆਨ ਦਿਓ, ਹਾਲਾਂਕਿ ਸਹੀ ਆ ਪਰ ਮੇਰੀ ਪੰਜਾਬੀ 'ਤੇ ਧਿਆਨ ਦਿਓ। ਕਹਿੰਦੇ ਆ ਸਿਟੀਜ਼ਨ ਆਫ ਇੰਡੀਆ ਇਜ਼ ਐਨੀ ਵਨ ਬੋਰਨ ਔਰ ਆਫਟਰ 26 ਜਨਵਰੀ 1950। ਕਹਿੰਦੇ ਜਿਹਦਾ ਜਨਮ ਭਾਰਤ ਦੇ ਵਿੱਚ 26 ਜਨਵਰੀ 1950 ਤੋਂ ਬਾਅਦ ਹੋ ਗਿਆ, ਉਹ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰ ਸਕਦਾ। ਸਟੇਟਮੈਂਟ ਦੱਸਣੀ ਹੈ ਆਪਾਂ ਕਿਹੜੀ ਸਹੀ ਹੈ ਕਿਹੜੀ ਗਲਤ ਆ। ਤਾਂ ਪਹਿਲੀ ਸਹੀ ਹੈਗੀ ਆ ਕਿ ਜਿਹਦਾ ਜਨਮ ਭਾਰਤ ਦੇ ਵਿੱਚ 26 ਜਨਵਰੀ 1950 ਤੋਂ ਬਾਅਦ ਹੋ ਗਿਆ, ਉਹ ਭਾਰਤ ਦਾ ਨਾਗਰਿਕ ਬਣ ਸਕਦਾ। ਦੂਸਰੀ, ਐਨੀ ਵਨ ਬੋਰਨ ਬਿਫੋਰ 1 ਜੁਲਾਈ 1987 ਇਜ਼ ਇੰਡੀਅਨ ਸਿਟੀਜ਼ਨ ਬਾਏ ਬਰਥ ਇਰਸਪੈਕਟਿਵ ਆਫ ਹਿਜ਼ ਪੇਰੈਂਟਸ ਨੈਸ਼ਨੈਲਿਟੀ। ਠੀਕ ਹੈ ਜੀ, ਕਹਿੰਦੇ ਜਿਹਦਾ ਜਨਮ ਭਾਰਤ ਦੇ ਵਿੱਚ 1 ਜੁਲਾਈ 1987 ਤੋਂ ਪਹਿਲਾਂ ਹੋਇਆ ਹੈਗਾ, ਉਹ ਵੀ ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈਗਾ। ਕਿਉਂ? ਕਿਉਂਕਿ ਉਹਦੇ ਮਾਤਾ ਪਿਤਾ ਭਾਰਤ ਦੇ ਕੀ ਸੀਗੇ? ਨਾਗਰਿਕ ਸੀਗੇ, ਉਸ ਤਰੀਕੇ ਨਾਲ ਨਾਗਰਿਕਤਾ ਪ੍ਰਾਪਤ ਕਰ ਸਕਦਾ। ਤਾਂ ਡੇਟ ਹੈ 1 ਜੁਲਾਈ 1987। ਤਾਂ ਦੂਸਰੀ ਸਟੇਟਮੈਂਟ ਵੀ ਕੀ ਹੈਗੀ ਆ? ਜਮ੍ਹਾਂ ਸਹੀ ਹੈਗੀ ਆ ਆਪਣੀ। ਤਾਂ ਦੋਨੋਂ ਸਟੇਟਮੈਂਟਾਂ ਸਹੀ ਹੈਗੀ ਆ। ਪੁੱਛ ਰਿਹਾ ਸੀਗਾ ਕਿਹੜੀ ਸਟੇਟਮੈਂਟ ਸਿਟੀਜ਼ਨਸ਼ਿਪ ਦੇ ਪ੍ਰਤੀ ਬਿਲਕੁਲ ਸਹੀ ਹੈਗੀ ਆ। ਆਪਾਂ ਪੜ੍ਹਦੇ ਹੋਏ ਨਾ ਕਿ ਬਾਏ ਬਰਥ ਦੇ ਰਾਹੀਂ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਆ। ਬਾਏ ਬਰਥ ਦੇ ਵਿੱਚ ਵੀ ਅੱਗੇ ਥੋੜ੍ਹੀ ਜਿਹੀ ਕੀ ਆ ਜਾਂਦੀ ਹੈਗੀ ਆ, ਅੱਗੇ ਐਕਸਪਲੇਨੇਸ਼ਨ ਆ ਜਾਂਦੀ ਹੈ ਵੀ ਕਿਹਦਾ ਜਨਮ ਕਦੋਂ ਹੋਣਾ ਚਾਹੀਦਾ। ਤਾਂ ਇਹ ਕੁਛ ਕੁ ਕੰਡੀਸ਼ਨਾਂ ਹੁੰਦੀਆਂ ਨੇ ਕਿ 26 ਜਨਵਰੀ 1950 ਤੋਂ ਫਿਰ 1 ਜੁਲਾਈ 1987। ਤਾਂ ਇਹ ਦੋਨੋਂ ਹੀ ਸਟੇਟਮੈਂਟਾਂ ਕੀ ਨੇ? ਬਿਲਕੁਲ ਸਹੀ ਹੈਗੀਆਂ। ਤਾਂ ਆਂਸਰ ਬਣ ਜੂਗਾ ਬੋਥ 1 ਐਂਡ 2 ਸਟੇਟਮੈਂਟ ਇਜ਼ ਕਰੈਕਟ ਹੈਗੀ ਆ ਤੁਹਾਡੀ। ਠੀਕ ਹੈ ਜੀ, ਕਲੀਅਰ? ਪਹਿਲਾ ਸਵਾਲ ਕਲੀਅਰ ਹੋ ਗਿਆ, ਅੱਗੇ ਚੱਲਦੇ ਹਾਂ ਜੀ। ਅਗਲਾ ਸਵਾਲ ਦੇਖੋ, ਅਗਲਾ ਸਵਾਲ ਬਹੁਤ ਘੈਂਟ ਕੁਐਸਚਨ ਆ ਤੁਹਾਡਾ, ਬਹੁਤ ਘੈਂਟ ਕੁਐਸਚਨ ਆ। ਕਹਿੰਦੇ ਇਨ ਵਿੱਚ ਲਿਸਟ ਆਫ ਦੀ ਇੰਡੀਅਨ ਕਾਂਸਟੀਟਿਊਸ਼ਨ ਇਜ਼ ਦਾ ਸਿਟੀਜ਼ਨਸ਼ਿਪ ਇਨਕਲੂਡਡ। ਕਹਿੰਦੇ ਭਾਰਤ ਦੀਆਂ ਆਪਾਂ 3 ਸੂਚੀਆਂ ਪੜ੍ਹਦੇ ਹੁੰਦੇ ਹਾਂ, ਸੂਚੀਆਂ ਮਤਲਬ ਲਿਸਟਾਂ ਪੜ੍ਹਦੇ ਹੁੰਦੇ ਹਾਂ ਆਪਾਂ 3, ਕਿਹੜੀ? ਫਸਟ ਵਨ ਇਜ਼ ਯੂਨੀਅਨ ਲਿਸਟ, ਸੈਕਿੰਡ ਇਜ਼ ਸਟੇਟ ਲਿਸਟ, ਐਂਡ ਥਰਡ ਵਨ ਇਜ਼ ਕੌਨਕਰੈਂਟ ਲਿਸਟ। ਪੜ੍ਹਦੇ ਨਾ ਕਿ ਯੂਨੀਅਨ ਲਿਸਟ ਦੇ ਵਿੱਚ ਆਪਣੇ ਆ ਜਾਂਦੇ ਨੇ ਰੇਲਵੇ ਆ ਜਾਂਦੀ ਆ, ਬੈਂਕਿੰਗ ਸਰਵਿਸ ਆ ਜਾਂਦਾ, ਡਿਫੈਂਸ ਆ ਜਾਂਦਾ, ਐਟਸੈਕਟਰਾ ਐਟਸੈਕਟਰਾ। ਸਟੇਟ ਦੇ ਵਿੱਚ ਜਿਵੇਂ ਸਟੇਟ ਦੀ ਆ ਗਈ ਪੁਲਿਸ ਆ ਗਈ, ਸਟੇਟ ਦੀ ਆਪਾਂ ਕਹਿ ਦਿੰਦੇ ਹੈਗੇ ਆ ਵਾਟਰ ਸਪਲਾਈ ਆ ਗਿਆ, ਸੈਨੀਟੇਸ਼ਨ ਵਿਭਾਗ ਆ ਗਿਆ, ਉਸ ਤਰੀਕੇ ਦਾ। ਕੌਨਕਰੈਂਟ ਦੇ ਵਿੱਚ ਜਿਹਦੇ 'ਤੇ ਦੋਨੋਂ ਕੰਮ ਕਰ ਸਕਦੀਆਂ ਨੇ, ਜਿਵੇਂ ਆਪਣੀ ਐਗਰੀਕਲਚਰ ਹੋ ਗਈ, ਫੋਰੈਸਟ ਹੋ ਗਏ, ਆਪਣੀ ਐਨੀਮਲ ਹਸਬੈਂਡਰੀ ਹੋ ਗਿਆ। ਤਾਂ ਇਹਨਾਂ ਸਭ ਦੇ ਉੱਪਰ ਦੋਨੋਂ ਕੰਮ ਕਰਦੀਆਂ ਨੇ। ਪੁੱਛ ਰਿਹਾ ਹੈਗਾ ਕਿ ਸਿਟੀਜ਼ਨਸ਼ਿਪ ਇਹਨਾਂ 3 ਦੇ ਵਿੱਚੋਂ ਕਿਹੜੇ ਵਿਸ਼ੇ 'ਚ ਆਊਗਾ, ਕਿ ਯੂਨੀਅਨ 'ਚ ਆਊਗਾ, ਸਟੇਟ 'ਚ ਆਊਗਾ ਜਾਂ ਕੌਨਕਰੈਂਟ 'ਚ ਆਊਗਾ। ਤਾਂ ਫਟਾਫਟ ਦੱਸ ਦਿਓ ਕੀ ਆਊਗਾ ਆਂਸਰ। ਤਾਂ ਇੱਥੇ ਰਾਈਟ ਆਂਸਰ ਬਣੂਗਾ ਆਪਸ਼ਨ ਬੀ, ਯੂਨੀਅਨ ਲਿਸਟ ਦੇ ਵਿੱਚ। ਕਿਉਂ? ਕਿੱਥੋਂ ਪਤਾ ਲੱਗਦਾ? ਆਪਾਂ ਭਾਰਤੀ ਸੰਵਿਧਾਨ ਦਾ ਆਰਟੀਕਲ 11 ਪੜ੍ਹਦੇ ਹੁੰਦੇ ਹਾਂ, ਤੁਹਾਨੂੰ ਮੈਂ ਆਰਟੀਕਲ 11 ਪੜ੍ਹਾਉਣਾ ਹੁੰਦਾ, ਉਹ 'ਚ ਆਪਾਂ ਦੇਖਦੇ ਹੁੰਦੇ ਹਾਂ
ਕਿ ਸਿਟੀਜ਼ਨਸ਼ਿਪ ਦੇ ਉੱਪਰ ਜਦੋਂ ਵੀ ਕੰਮ ਕੀਤਾ ਜਾਊਗਾ ਤਾਂ ਕੌਣ ਕਰੂਗੀ? ਸਾਡੇ ਦੇਸ਼ ਦੀ ਪਾਰਲੀਮੈਂਟ ਕਰੂਗੀ। ਤੁਹਾਨੂੰ ਪੜ੍ਹਾਉਣਾ ਹੁੰਦਾ ਕਿ ਸਿਟੀਜ਼ਨਸ਼ਿਪ ਦੇ ਉੱਪਰ ਜਦੋਂ ਵੀ ਕੰਮ ਹੋਊਗਾ ਕੌਣ ਕਰੂਗੀ? ਪਾਰਲੀਮੈਂਟ ਕਰੂਗੀ। ਕਿਹੜੀ ਮੈਜੋਰਟੀ ਦੇ ਨਾਲ? ਸਿੰਪਲ ਮੈਜੋਰਟੀ ਦੇ ਨਾਲ, ਸਿੰਪਲ ਮੈਜੋਰਟੀ ਦੇ ਨਾਲ। ਆਰਟੀਕਲ 11 'ਚ ਪੜ੍ਹਾਉਣਾ ਹੁੰਦਾ ਤੁਹਾਨੂੰ ਸਾਰਿਆਂ ਨੂੰ, ਠੀਕ ਹੈ ਜੀ, ਯਾਦ ਆ ਗਿਆ? ਤਾਂ ਉਹੀ ਜਾਣੀ ਕਿ ਪਾਰਲੀਮੈਂਟ ਕੰਮ ਕਰ ਰਹੀ ਆ, ਤਾਂ ਫਿਰ ਪਾਰਲੀਮੈਂਟ ਕਿਹੜੀ ਲਿਸਟ 'ਚ ਆਉਂਦੀ ਹੁੰਦੀ ਹੈ? ਸਟੇਟ 'ਚ, ਯੂਨੀਅਨ ਜਾਂ ਕੌਨਕਰੈਂਟ ਦੇ ਵਿੱਚ? ਤਾਂ ਆਂਸਰ ਕੀ ਬਣੂਗਾ? ਪਾਰਲੀਮੈਂਟ ਵਾਲਾ, ਜਾਣੀ ਕਿ ਯੂਨੀਅਨ ਲਿਸਟ। ਇੰਪੋਰਟੈਂਟ ਸਵਾਲ ਹੈ, ਗਲਤੀ ਹੋ ਜਾਂਦੀ ਹੈ। ਯਾਦ ਰੱਖਣਾ ਕਿ ਜਦੋਂ ਵੀ ਨਾਗਰਿਕਤਾ ਦੇ ਉੱਪਰ ਕੰਮ ਕੀਤਾ ਜਾਊਗਾ ਕੌਣ ਕਰੂਗੀ? ਪਾਰਲੀਮੈਂਟ ਕਰੂਗੀ। ਕਿਹੜੇ ਆਰਟੀਕਲ ਦੇ ਵਿੱਚ? ਆਰਟੀਕਲ 11 ਦੇ ਵਿੱਚ। ਕਿਹੜੀ ਮੈਜੋਰਟੀ ਦੇ ਨਾਲ? ਸਿੰਪਲ ਮੈਜੋਰਟੀ ਦੇ ਨਾਲ, ਠੀਕ ਹੈ ਜੀ। ਤਾਂ ਇਟ ਮੀਨਸ ਰਾਈਟ ਆਂਸਰ ਬਣ ਜੂਗਾ ਯੂਨੀਅਨ ਲਿਸਟ, ਆਪਸ਼ਨ ਬੀ। ਕਲੀਅਰ? ਓਕੇ ਜੀ, ਅੱਗੇ ਚੱਲਦੇ ਹਾਂ। ਅਗਲਾ ਸਵਾਲ ਦੇਖੋ, ਬਹੁਤ ਇੰਪੋਰਟੈਂਟ ਸਵਾਲ ਹੈ, ਗਲਤੀ ਹੋਊਗੀ ਪੱਕਾ ਤੁਹਾਡੇ ਤੋਂ। ਹੁਣ ਪੜ੍ਹੋ ਇਸਨੂੰ। ਕਹਿੰਦੇ ਦ ਕਾਂਸਟੀਟਿਊਸ਼ਨ ਡਿਫਾਈਨ ਸਿਟੀਜ਼ਨਸ ਆਰ। ਭਾਰਤ ਦਾ ਸੰਵਿਧਾਨ ਨਾਗਰਿਕਾਂ ਨੂੰ ਪ੍ਰਭਾਸ਼ਿਤ ਕਰਦਾ। ਨਾਗਰਿਕਤਾ ਨਹੀਂ ਕਹਿ ਰਿਹਾ, ਨਾਗਰਿਕ ਕਹਿ ਰਿਹਾ, ਕਿ ਇੱਕ ਨਾਗਰਿਕ ਦੀ ਪਰਿਭਾਸ਼ਾ ਦੇ ਰਿਹਾ। ਉਹ ਪਰਿਭਾਸ਼ਾ ਕੀ ਹੈ? ਐਨੀ ਪਰਸਨ ਬੋਰਨ ਇਨ ਇੰਡੀਆ, ਜਿਹੜਾ ਬੰਦਾ ਭਾਰਤ 'ਚ ਜਨਮ ਹੋ ਗਿਆ, ਪੈਦਾ ਹੋ ਗਿਆ, ਉਹ ਸਿਟੀਜ਼ਨ ਆ। ਐਨੀ ਪਰਸਨ ਹੂ ਸਪੈਂਡ ਮੋਰ ਦੈਨ 5 ਈਅਰਸ ਇਨ ਇੰਡੀਆ, ਕੋਈ ਵੀ ਵਿਅਕਤੀ ਜੋ ਭਾਰਤ 'ਚ 5 ਸਾਲਾਂ ਤੋਂ ਵੱਧ ਬਿਤਾ ਰਿਹਾ ਹੈਗਾ ਉਹ ਸਿਟੀਜ਼ਨ ਹੈਗਾ, ਉਹਦੀ ਪਰਿਭਾਸ਼ਾ ਸਿਟੀਜ਼ਨ ਹੋ ਜੂਗੀ। ਐਨੀ ਪਰਸਨ ਹੂ ਇਜ਼ ਬੋਰਨ ਇਨ ਇੰਡੀਆ ਔਨ ਹਿਜ਼ ਪੇਰੈਂਟਸ ਆਰ ਬੋਰਨ ਇਨ ਇੰਡੀਆ, ਕੋਈ ਵੀ ਵਿਅਕਤੀ ਜੋ ਭਾਰਤ 'ਚ ਪੈਦਾ ਹੋਇਆ ਜਾਂ ਉਸਦੇ ਮਾਤਾ ਪਿਤਾ ਦਾ ਭਾਰਤ 'ਚ ਜਨਮ ਹੋਇਆ ਤਾਂ ਉਹ ਨਾਗਰਿਕ ਬਣ ਜੂਗਾ। ਜਾਂ ਕਾਂਸਟੀਟਿਊਸ਼ਨ ਡਜ਼ ਨੋਟ ਡਿਫਾਈਨ ਸਿਟੀਜ਼ਨ, ਜਾਂ ਭਾਰਤ ਦਾ ਸੰਵਿਧਾਨ ਸਿਟੀਜ਼ਨ ਦੀ ਪਰਿਭਾਸ਼ਾ ਹੀ ਨਹੀਂ ਦੱਸਦਾ ਹੈ, ਤਾਂ ਕੀ ਆਊਗਾ ਆਂਸਰ ਤੁਹਾਡਾ? ਚਲੋ ਜੀ, ਤਾਂ ਇੱਥੇ ਰਾਈਟ ਆਂਸਰ ਬਣੂਗਾ ਆਪਸ਼ਨ ਡੀ। ਕੀ ਬਣੂਗਾ? ਆਪਸ਼ਨ ਡੀ, ਕਿਉਂਕਿ ਸਾਡੇ ਇੰਡੀਅਨ ਕਾਂਸਟੀਟਿਊਸ਼ਨ ਦਾ ਕੋਈ ਵੀ ਆਰਟੀਕਲ ਜਾਂ ਪੂਰੇ ਦਾ ਪੂਰਾ ਕਾਂਸਟੀਟਿਊਸ਼ਨ ਸਿਟੀਜ਼ਨਸ਼ਿਪ ਜਿਹੜਾ ਹੈਗਾ, ਵਰਡ ਸਿਟੀਜ਼ਨ ਆ, ਜਿਹੜਾ ਜਿਹੜਾ ਵਰਡ ਨਾਗਰਿਕ ਆ, ਉਹਦੀ ਪਰਿਭਾਸ਼ਾ ਨਹੀਂ ਦਿੰਦਾ ਹੈਗਾ। ਕਿਉਂਕਿ ਸਿਰਫ ਆਪਣਾ ਕਾਂਸਟੀਟਿਊਸ਼ਨ ਪਰਿਭਾਸ਼ਾ ਕਿਹਦੀ ਦਿੰਦਾ ਹੈਗਾ? ਸਿਟੀਜ਼ਨਸ਼ਿਪ ਦੀ ਪਰਿਭਾਸ਼ਾ ਦਿੰਦਾ ਹੈਗਾ, ਨਾ ਕਿ ਇੱਕ ਸਿਟੀਜ਼ਨ ਦੀ ਪਰਿਭਾਸ਼ਾ ਦਿੰਦਾ ਹੈਗਾ, ਠੀਕ ਹੈ ਜੀ। ਕਿਉਂ ਕਹਿਣ ਸੀਗਾ? ਕੁਸ਼ਚਨ ਹੋ ਗਿਆ ਗਲਤ ਸਾਰਿਆਂ ਦਾ? ਚਲੋ ਕੋਈ ਗੱਲ ਨਹੀਂ, ਤਾਂ ਸਿੱਖਣ ਵਾਸਤੇ ਹੀ ਆਪਣੀ ਇਹ ਕਲਾਸ, ਠੀਕ ਹੈ ਜੀ। ਤਾਂ ਇਸੇ ਕਰਕੇ ਤਾਂ ਆਪਾਂ ਇਹੋ ਜਿਹੇ ਕੁਸ਼ਚਨ ਲੈ ਕੇ ਆਉਣੇ ਹੈਗੇ ਆ, ਜਿਹੜੇ ਆਪਾਂ ਥਿਊਰੀ ਕਲਾਸਾਂ ਦੇ ਵਿੱਚ ਨਹੀਂ ਕਰਾਉਂਦੇ ਜਾਂ ਕੋਈ ਵੀ ਨਹੀਂ ਕਰਾਉਂਦਾ ਹੈਗਾ, ਠੀਕ ਹੈ ਜੀ। ਤਾਂ ਇਹ ਇੰਪੋਰਟੈਂਟ ਸਵਾਲ ਹੈਗਾ ਕਿ ਸਿਟੀਜ਼ਨ ਦੀ ਪਰਿਭਾਸ਼ਾ ਸਾਡੇ ਇੰਡੀਅਨ ਕਾਂਸਟੀਟਿਊਸ਼ਨ ਦੇ ਵਿੱਚ ਨਹੀਂ ਆ। ਜਿਵੇਂ ਆਪਾਂ ਪਿਛਲੀਆਂ ਕਲਾਸਾਂ 'ਚ ਪੜ੍ਹਿਆ ਹੋਇਆ ਕਿ ਫੈਡਰਲ ਵਰਡ ਕਾਂਸਟੀਟਿਊਸ਼ਨ 'ਚ ਨਹੀਂ ਆ, ਉਵੇਂ ਹੀ ਸਿਟੀਜ਼ਨ ਸ਼ਬਦ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ ਹੈ ਇੰਡੀਆ ਦੇ ਕਾਂਸਟੀਟਿਊਸ਼ਨ ਦੇ ਵਿੱਚ। ਓਕੇ ਭਾਈ, ਡਨ, ਕਲੀਅਰ, ਅੱਗੇ ਚੱਲਦੇ ਹਾਂ। ਫੋਰਥ ਨੰਬਰ ਕੁਸ਼ਚਨ, ਵਿੱਚ ਆਰਟੀਕਲ, ਹੁਣ ਆਰਟੀਕਲ ਪੁੱਛਿਆ ਤੁਹਾਡੇ ਤੋਂ, ਵਿੱਚ ਆਰਟੀਕਲ ਆਫ ਦੀ ਇੰਡੀਅਨ ਕਾਂਸਟੀਟਿਊਸ਼ਨ ਕੰਟੇਨਸ ਦਾ ਪ੍ਰੋਵੀਜ਼ਨ ਆਫ ਸਿਟੀਜ਼ਨਸ਼ਿਪ ਟੂ ਪਰਸਨ ਮਾਈਗ੍ਰੇਟ ਟੂ ਇੰਡੀਆ ਫਰਾਮ ਪਾਕਿਸਤਾਨ। ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਵਿਅਕਤੀਆਂ ਨੂੰ ਨਾਗਰਿਕਤਾ ਦੇਣ ਦੀ ਵਿਵਸਥਾ ਹੈ ਜੋ ਪਾਕਿਸਤਾਨ ਤੋਂ ਭਾਰਤ ਆਏ ਹਨ? ਆਪਾਂ ਪੜ੍ਹਦੇ ਹੁੰਦੇ ਨਾ, ਦੋ ਆਰਟੀਕਲ ਪੜ੍ਹਾਉਣਾ ਹੁੰਦਾ ਤੁਹਾਨੂੰ ਮੈਂ, ਇੱਕ ਆਰਟੀਕਲ 6 ਪੜ੍ਹਾਉਣਾ ਹੁੰਦਾ, ਇੱਕ ਆਰਟੀਕਲ 7 ਪੜ੍ਹਾਉਣਾ ਹੁੰਦਾ। 6 ਅਤੇ 7 'ਚ ਡਿਫਰੈਂਸ ਵੀ ਦੱਸਦਾ ਹੁੰਦਾ ਕੀ ਆ, ਕਿ 6 'ਚ ਤਾਂ ਉਹਨਾਂ ਦੀ ਗੱਲ ਕੀਤੀ ਗਈ ਹੁੰਦੀ ਆ ਜਿਹੜੇ ਪਾਕਿਸਤਾਨ ਤੋਂ ਕਿੱਥੇ ਆਏ ਹੁੰਦੇ ਆ, ਇੰਡੀਆ 'ਚ ਆਏ ਹੁੰਦੇ ਆ। ਜਿਹੜੇ ਪਾਕਿਸਤਾਨ ਤੋਂ ਕਿੱਥੇ ਆਏ ਹੈਗੇ ਆ, ਇੰਡੀਆ 'ਚ, ਉਹ ਭਾਰਤ ਦੇ ਨਾਗਰਿਕ ਹੋਣਗੇ, ਉਹਨਾਂ ਦੀ ਵਿਵਸਥਾ। 7 'ਚ ਬੋਲਦਾ ਹੈਗਾ ਉਹ ਲੋਕ ਜਿਹੜੇ ਇੰਡੀਆ ਤੋਂ ਕਿੱਥੇ ਚਲੇ ਗਏ ਸੀਗੇ, ਪਾਕਿਸਤਾਨ, ਫਿਰ ਵਾਪਿਸ ਪਾਕਿਸਤਾਨ ਤੋਂ ਕਿੱਥੇ ਆ ਗਏ ਸੀਗੇ, ਇੰਡੀਆ, ਉਹਨਾਂ ਦੀ ਵਿਵਸਥਾ ਕਰਦਾ। ਹੁਣ ਦੇਖੋ ਪੁੱਛਿਆ ਕੀ ਉਹਨੇ, ਪਾਕਿਸਤਾਨ ਤੋਂ ਇੰਡੀਆ ਪੁੱਛਿਆ ਜਾਂ ਇੰਡੀਆ ਤੋਂ ਪਾਕਿਸਤਾਨ ਪੁੱਛਿਆ? ਤਾਂ ਇਹਨੇ ਪੁੱਛਿਆ ਪਾਕਿਸਤਾਨ ਤੋਂ ਭਾਰਤ ਆਏ, ਤਾਂ ਰਾਈਟ ਆਂਸਰ ਕੀ ਬਣ ਜੂਗਾ? ਆਰਟੀਕਲ 6 ਇਜ਼ ਦਾ ਰਾਈਟ ਆਂਸਰ, ਠੀਕ ਹੈ ਜੀ। ਕਲੀਅਰ, ਸਮਝ ਆ ਗਿਆ? ਦੋਨਾਂ 'ਚ ਗੜਬੜ ਹੁੰਦੀ ਹੈ, ਤਾਂ ਯਾਦ ਰੱਖਣਾ ਇਸ ਸਾਲ ਦੇ ਕਾਂਸਟੇਬਲ ਦੇ ਪੇਪਰ ਦਾ ਹੀ ਸਵਾਲ ਆ ਇਹ। ਤਾਂ ਆਪਾਂ ਕਹਿੰਦੇ ਕਾਂਸਟੇਬਲ ਦਾ ਪੇਪਰ ਸੌਖਾ ਹੁੰਦਾ, ਤਾਂ ਮੇਰੇ ਹਿਸਾਬ ਨਾਲ ਕਾਂਸਟੇਬਲ ਦਾ ਪੇਪਰ ਦਾ ਲੈਵਲ ਵਧੀਆ ਆਉਂਦਾ, ਸੌਖਾ ਨਹੀਂ ਆਉਂਦਾ, ਲੈਵਲ ਅੱਛਾ ਆਉਂਦਾ ਉਹਦਾ, ਠੀਕ ਹੈ। ਤਾਂ ਯਾਦ ਰੱਖਣਾ ਆਰਟੀਕਲ 5 ਆ ਜਿਹੜਾ, ਇਹ ਬੋਲਦਾ ਕਮੈਂਸਮੈਂਟ ਆਫ ਦੀ ਨਾਗਰਿਕਤਾ,
ਜਾਣੀ ਕਿ ਨਾਗਰਿਕਤਾ ਦੀ ਸ਼ੁਰੂਆਤ ਬਾਰੇ ਗੱਲ ਕਰਦਾ। 6 ਆਪਾਂ ਹੁਣੀ ਪੜ੍ਹ ਲਿਆ। 7 ਕੀ ਕਹਿੰਦਾ ਹੈਗਾ ਕਿ ਉਹ ਲੋਕ ਜਿਹੜੇ ਇੰਡੀਆ ਤੋਂ ਕਿੱਥੇ ਚਲੇ ਗਏ, ਪਾਕਿਸਤਾਨ, ਪਾਕਿਸਤਾਨ ਤੋਂ ਵਾਪਿਸ ਕਿੱਥੇ ਆ ਗਏ, ਇੰਡੀਆ। 8 ਕੀ ਬੋਲਦਾ ਹੈਗਾ ਕਿ ਜੇ ਤੁਹਾਡਾ ਜਨਮ ਭਾਰਤ 'ਚ ਨਹੀਂ ਹੋਇਆ ਬਟ ਤੁਹਾਡੇ ਮਾਤਾ ਪਿਤਾ ਦਾ ਜਨਮ ਹੋਇਆ ਤਾਂ ਤੁਸੀਂ ਡੀਸੈਂਟ ਦੇ ਬੇਸ ਦੇ ਉੱਪਰ, ਪੀੜ੍ਹੀ ਦਰ ਪੀੜ੍ਹੀ ਬੇਸ ਦੇ ਉੱਪਰ ਨਾਗਰਿਕਤਾ ਪ੍ਰਾਪਤ ਕਰ ਸਕਦੇ। ਓਕੇ ਭਾਈ, ਕਲੀਅਰ? ਚਲੋ ਜੀ ਅੱਗੇ ਚੱਲ ਦਿੰਦੇ ਹਾਂ ਫਿਰ ਅਗਲੇ ਕੁਐਸਚਨ ਦੇ ਉੱਪਰ। ਅੱਜ ਆਪਣੀਆਂ ਮੋਟੀਵੇਸ਼ਨਲ ਲਾਈਨਾਂ ਰਹਿ ਗਈਆਂ, ਹੈ ਨਾ। ਚਲੋ ਮੋਟੀਵੇਸ਼ਨਲ ਲਾਈਨਾਂ ਮੈਂ ਵੈਸੇ ਹੀ ਸੁਣਾ ਦਿੰਦਾ ਤੁਹਾਨੂੰ, ਲਾਈਨਾਂ ਪਾਉਣ ਦੀ ਕੀ ਲੋੜ ਹੈਗੀ ਆ। ਮੋਟੀਵੇਸ਼ਨਲ ਲਾਈਨ ਕੀ ਹੈਗੀ ਆ ਤੁਹਾਡੇ ਲਈ ਕਿ ਭਾਈ ਜੇ ਥੱਕ ਹਾਰ ਕੇ ਬੈਠ ਗਏ ਹੋ ਤਾਂ ਉਹਨਾਂ ਵੱਲ ਦੇਖੋ ਜਿਨ੍ਹਾਂ ਨੇ ਤੁਹਾਨੂੰ ਪੜ੍ਹਨ ਦੇ ਲਈ ਪ੍ਰੇਰਿਤ ਕੀਤਾ ਸੀਗਾ। ਜੇ ਥੱਕ ਹਾਰ ਕੇ ਬੈਠ ਗਏ ਹੋ ਤਾਂ ਉਹਨਾਂ ਵੱਲ ਦੇਖੋ ਜਿਨ੍ਹਾਂ ਨੇ ਤੁਹਾਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਸੀ। ਮਤਲਬ ਜਿੰਨਾ ਕਰਕੇ ਤੁਸੀਂ ਪੜ੍ਹਨਾ ਸਟਾਰਟ ਕੀਤਾ ਸੀਗਾ ਉਹਨਾਂ ਵੱਲ ਇੱਕ ਵਾਰ ਫਿਰ ਤੋਂ ਦੇਖ ਲਓ ਕਿ ਮੈਂ ਉਹਨਾਂ ਦਾ ਸੁਪਨਾ ਪੂਰਾ ਕਰ ਹਟਿਆ। ਜੇ ਕਰ ਹਟਿਆ ਤਾਂ ਫਿਰ ਛੱਡ ਦਿਓ ਪੜ੍ਹਨਾ, ਜੇ ਨਹੀਂ ਕਰ ਹਟਿਆ ਤਾਂ ਫਿਰ ਲੱਗੇ ਰਹੋ, ਠੀਕ ਹੈ। ਤਾਂ ਹਿੰਮਤ ਨਹੀਂ ਹਾਰਨੀ। ਕੋਈ ਆਪਦੀ ਮੰਮੀ ਵਾਸਤੇ ਪੜ੍ਹ ਰਿਹਾ, ਕੋਈ ਭੈਣ ਭਾਈ ਵਾਸਤੇ, ਕੋਈ ਵਿਚਾਰਾ ਵਿਆਹ ਵਾਸਤੇ ਪੜ੍ਹ ਰਿਹਾ ਕਿ ਮੈਨੂੰ ਨੌਕਰੀ ਮਿਲੂਗੀ ਤਾਂ ਫਿਰ ਮੇਰਾ ਵਿਆਹ ਹੋਊਗਾ, ਕਿਉਂਕਿ ਲਵ ਮੈਰਿਜਾਂ ਜ਼ਿਆਦਾਤਰ ਅੱਜ ਕੱਲ੍ਹ ਇਸੇ ਪੁਆਇੰਟ 'ਤੇ ਟਿਕੀਆਂ ਹੋਈਆਂ ਨੇ ਕਿ ਮੁੰਡੇ ਕੋਲ ਨੌਕਰੀ ਨਹੀਂ ਹੈਗੀ ਜਾਂ ਕੁੜੀ ਕੋਲ ਨੌਕਰੀ ਨਹੀਂ ਹੈਗੀ ਹੈ, ਠੀਕ ਹੈ। ਤਾਂ ਸਾਥ ਨਹੀਂ ਛੱਡਣਾ, ਗਵਰਨਮੈਂਟ ਜੋਬ ਲੈ ਕੇ ਹੀ ਇਕੱਠੇ ਆਪਾਂ ਸੁਖੀ ਸੁਖੀ ਵਸਾਂਗੇ, ਇਹ ਵਾਅਦਾ ਕਰਨਾ ਉਹਦੇ ਨਾਲ, ਠੀਕ ਹੈ ਜੀ। ਚਲੋ ਜੀ ਅਗਲਾ ਕੁਐਸਚਨ ਦੇਖੋ। ਕਹਿੰਦੇ ਅੰਡਰ ਦਾ ਸਿਟੀਜ਼ਨਸ਼ਿਪ ਐਕਟ 1955 ਇਨ ਵਿੱਚ ਆਫ ਦੀ ਫਾਲੋਇੰਗ ਵੇਜ਼ ਕੈਨ ਏ ਪਰਸਨ ਬਿਕਮ ਏ ਸਿਟੀਜ਼ਨ ਆਫ ਇੰਡੀਆ। ਕਹਿੰਦੇ 1955 ਦੇ ਐਕਟ ਦੇ ਤਹਿਤ ਇਹਨਾਂ ਦੇ ਵਿੱਚੋਂ ਕਿਹੜੇ ਤਰੀਕੇ ਦੇ ਰਾਹੀਂ ਭਾਰਤ ਦੀ ਨਾਗਰਿਕਤਾ ਪ੍ਰਾਪਤ ਕੀਤੀ ਜਾ ਸਕਦੀ ਆ। ਤੁਹਾਨੂੰ ਮੈਂ 5 ਤਰੀਕੇ ਪੜ੍ਹਾਉਣਾ ਹੁੰਦਾ ਨਾਗਰਿਕਤਾ ਦੇ ਕਿ ਪ੍ਰਾਪਤੀ ਦੇ 5 ਤਰੀਕੇ ਕਿਹੜੇ ਕਿਹੜੇ ਆ। ਕਿਹੜਾ ਕਿਹੜਾ ਹੁੰਦਾ? 1 ਬਾਏ ਬਰਥ ਹੁੰਦਾ, ਸਹੀ ਆ। ਦੂਸਰਾ ਬਾਏ ਡਿਸੈਂਟ ਹੁੰਦਾ, ਸਹੀ ਆ। ਤੀਸਰਾ ਬਾਏ ਰਜਿਸਟ੍ਰੇਸ਼ਨ ਹੁੰਦਾ, ਬਿਲਕੁਲ ਸਹੀ ਆ। ਚੌਥਾ ਹੁੰਦਾ ਹੈਗਾ ਬਾਏ ਨੈਚੁਰਲਾਈਜੇਸ਼ਨ ਹੁੰਦਾ। ਕੀ ਹੁੰਦਾ ਹੈਗਾ? ਨੈਚੁਰਲਾਈਜੇਸ਼ਨ ਹੁੰਦਾ, ਨੈਚੁਰਲਾਈਜੇਸ਼ਨ, ਜਿਹਨੂੰ ਪੰਜਾਬੀ 'ਚ ਕੀ ਬੋਲਦੇ ਆ? ਕੁਦਰਤੀ ਰੂਪ ਨਾਲ। ਕੀ ਬੋਲਦੇ ਆ? ਕੁਦਰਤੀ ਰੂਪ ਨਾਲ। ਬਟ ਮੈਂ ਜਾਣ ਕੇ ਇੱਥੇ ਕੀ ਪਾਤਾ? ਨੈਸ਼ਨਲਾਈਜੇਸ਼ਨ ਪਾਤਾ। ਮੈਂ ਕੀ ਪਾਤਾ? ਨੈਸ਼ਨਲਾਈਜੇਸ਼ਨ ਪਾਤਾ। ਮੈਨੂੰ ਪਤਾ ਸੀ ਗਲਤੀ ਹੋਊਗੀ, ਤਾਂ ਆਹ ਤਾਂ ਕੋਈ ਵੇ ਨਹੀਂ ਹੁੰਦਾ ਨਾਗਰਿਕਤਾ ਪ੍ਰਾਪਤ ਕਰਨ ਦਾ। ਵੇ ਕਿਹੜਾ ਹੁੰਦਾ? ਨੈਚੁਰਲਾਈਜੇਸ਼ਨ ਦਾ ਹੁੰਦਾ। ਔਰ ਲਾਸਟ ਕੀ ਹੁੰਦਾ? ਬਾਏ ਇਨਕਾਰਪੋਰੇਸ਼ਨ ਆਫ ਟੈਰੀਟਰੀ, ਜਦੋਂ ਆਪਾਂ ਕਿਸੇ ਦੂਸਰੇ ਏਰੀਏ ਦੇ ਉੱਪਰ ਕੀ ਪ੍ਰਾਪਤ ਕਰ ਲੈਂਦੇ ਹਾਂ? ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਤਾਂ ਬਾਏ ਬਰਥ ਰਾਹੀਂ ਵੀ ਨਾਗਰਿਕਤਾ ਪ੍ਰਾਪਤ ਹੋ ਜਾਂਦੀ ਹੈ, ਡਿਸੈਂਟ ਰਾਹੀਂ ਵੀ ਹੋ ਜਾਂਦੀ ਹੈ, ਰਜਿਸਟ੍ਰੇਸ਼ਨ ਰਾਹੀਂ ਵੀ ਹੋ ਜਾਂਦੀ ਹੈ, ਇਨਕਾਰਪੋਰੇਸ਼ਨ ਆਫ ਟੈਰੀਟਰੀ ਰਾਹੀਂ ਵੀ ਹੁੰਦੀ ਹੈ, ਨੈਚੁਰਲਾਈਜੇਸ਼ਨ ਰਾਹੀਂ ਹੁੰਦੀ ਆ, ਬਟ ਨੈਸ਼ਨਲਾਈਜੇਸ਼ਨ ਰਾਹੀਂ ਨਹੀਂ ਹੁੰਦੀ। ਤਾਂ ਆਪਣਾ ਜਿਹੜਾ ਪਹਿਲਾ ਵੀ ਸਹੀ ਹੈ, ਦੂਜਾ ਵੀ ਸਹੀ ਹੈ, ਤੀਜਾ ਵੀ ਸਹੀ ਹੈ, ਪੰਜਵਾਂ ਵੀ ਸਹੀ ਹੈ। ਤਾਂ ਆਨਸਰ ਕੀ ਬਣੂਗਾ? ਆਪਸ਼ਨ ਸੀ 1, 2, 3, and 5, ਕਿਉਂਕਿ ਚੌਥੇ ਦੇ ਵਿੱਚ ਆਪਾਂ ਕੀ ਲਿਖਤਾ? ਰਾਸ਼ਟਰੀਕਰਨ ਲਿਖਤਾ। ਆਉਣਾ ਕੀ ਚਾਹੀਦਾ ਸੀਗਾ? ਨੈਚੁਰਲਾਈਜੇਸ਼ਨ ਆਉਣਾ ਚਾਹੀਦਾ ਸੀਗਾ, ਠੀਕ ਹੈ ਜੀ। ਕਲੀਅਰ ਹੈ? ਕੋਈ ਡਾਊਟ ਕਿਸੇ ਨੂੰ ਇੱਥੋਂ ਤੀਕਰ? ਤਾਂ 5 ਤਰੀਕੇ ਪ੍ਰਾਪਤੀ ਦੇ ਆ, ਉਹ ਯਾਦ ਰੱਖਣੇ ਆ। ਰਿਵਾਈਜ਼ ਕਰ ਦਈਏ: ਬਾਏ ਬਰਥ, ਬਾਏ ਡਿਸੈਂਟ, ਬਾਏ ਰਜਿਸਟ੍ਰੇਸ਼ਨ, ਬਾਏ ਨੈਚੁਰਲਾਈਜੇਸ਼ਨ, ਬਾਏ ਐਕਵਾਇਰ ਐਨੀ ਟੈਰੀਟਰੀ ਜਾਂ ਇਨਕਾਰਪੋਰੇਸ਼ਨ ਆਫ ਐਨੀ ਟੈਰੀਟਰੀ, ਠੀਕ ਹੈ ਜੀ। ਕਲੀਅਰ ਹੋ ਗਿਆ? ਚਲੋ ਵੀ ਕਰ ਦਿਓ ਫਿਰ ਅਗਲਾ ਸਵਾਲ ਸੋਲਵ ਕਰੋ। ਸੌਖਾ ਘੈਂਟ ਆ ਸਵਾਲ, ਕਿਉਂਕਿ ਇਹ ਐਟ ਪ੍ਰੈਜੈਂਟ ਆਪਣੀ ਨਿਊਜ਼ ਦੇ ਵਿੱਚ ਆ, ਇਸ ਕਰਕੇ ਸਵਾਲ ਬਣ ਸਕਦਾ ਪੇਪਰਾਂ ਦੇ ਵਿੱਚ। ਕਰੀਓ ਸੋਲਵ, ਪੰਜਾਬੀ ਪੜ੍ਹਦੇ ਮੇਰੇ ਨਾਲ। ਵਿਚ ਆਫ ਦੀ ਫਾਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019? ਆਪਾਂ ਨੂੰ ਪਤਾ ਕਿ ਨਾਗਰਿਕਤਾ ਜਿਹੜੀ ਸੋਧ ਹੋਈ ਹੈ 2019 ਦੇ ਵਿੱਚ, ਉਹਦੇ ਰਿਗਾਰਡਿੰਗ ਕੁਛ ਸਟੇਟਮੈਂਟਾਂ ਦੱਸੀਆਂ ਨੇ। ਕਿਹੜੀ ਸਟੇਟਮੈਂਟ ਸਹੀ ਹੈ, ਕਿਹੜੀ ਗਲਤ ਹੈ, ਉਹ ਤੁਸੀਂ ਦੱਸਣੀ ਹੈ।
ਕਹਿੰਦੇ ਇਟ ਮੇਕਸ ਅਮੈਂਡਮੈਂਟ ਇਨ ਦੀ ਸਿਟੀਜ਼ਨਸ਼ਿਪ ਐਕਟ 1955 ਕਹਿੰਦੇ ਇਹ ਨਾਗਰਿਕਤਾ ਕਾਨੂੰਨ 1955 ਵਿੱਚ ਸੋਧ ਕਰਦਾ ਹੈ। ਬਿਲਕੁਲ ਸਹੀ ਹੈ ਭਾਈ, ਉੱਪਰ ਵਾਲੀ ਲਾਈਨ ਹੀ ਕਹਿ ਰਹੀ ਹੈ ਕਿ ਅਮੈਂਡਮੈਂਟ ਹੋਈ ਹੈ 1955 ਦੇ ਐਕਟ 'ਚ, ਸਹੀ ਹੈ। ਇਟ ਪ੍ਰੋਵਾਈਡ ਫੋਰ ਇੰਡੀਅਨ ਸਿਟੀਜ਼ਨਸ਼ਿਪ ਟੂ ਪ੍ਰੋਸੀਕਿਊਟਡ ਰਿਲੀਜੀਅਸ ਮਾਈਨੋਰਟੀਜ਼ ਫਰਾਮ ਅਫਗਾਨਿਸਤਾਨ, ਬੰਗਲਾਦੇਸ਼ ਐਂਡ ਪਾਕਿਸਤਾਨ ਹੂ ਆਰ ਮੇਨਲੀ ਮੁਸਲਿਮ। ਧਿਆਨ ਨਾਲ ਸਮਝਿਓ, ਇਹ ਕਹਿੰਦੇ ਅਫਗਾਨਿਸਤਾਨ ਤੋਂ ਸਤਾਏ ਧਾਰਮਿਕ ਘੱਟ ਗਿਣਤੀ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕਰਦਾ ਹੈ, ਜਿਹੜੇ ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਆਏ ਹੈਗੇ ਆ, ਔਰ ਉਹਨਾਂ ਦੀ ਕੈਟਾਗਰੀ ਕੀ ਹੈਗੀ ਆ? ਮੁਸਲਿਮ। ਸਹੀ ਹੈ ਦੂਜੀ ਸਟੇਟਮੈਂਟ? ਸੋਚੋ, ਦੂਸਰੀ ਸਟੇਟਮੈਂਟ ਸਹੀ ਹੈ, ਜਮਾਂ ਹੀ ਗਲਤ ਆ। ਕਿਉਂ? ਕਿਉਂਕਿ ਮੁਸਲਿਮ ਦੀ ਬਜਾਏ ਬਾਕੀ ਸਾਰੀਆਂ ਮਾਈਨੋਰਟੀਜ਼ ਨੂੰ ਦਿੱਤੀ ਉਹਨਾਂ ਨੇ, ਜਿਵੇਂ ਆਪਾਂ ਕ੍ਰਿਸਚਨ ਹੋ ਗਏ, ਆਪਣੇ ਬੋਧੀ ਹੋ ਗਏ, ਹਿੰਦੂ ਹੋ ਗਏ, ਸਿੱਖ ਹੋ ਗਏ, ਇਹਨਾਂ ਸਭ ਨੂੰ ਦੇ ਰਹੇ ਆ ਪਰਮਿਸ਼ਨ, ਪਰ ਮੁਸਲਿਮ ਨੂੰ ਪਰਮਿਸ਼ਨ ਨਹੀਂ ਹੈਗੀ ਆ। ਇੱਥੇ ਮੈਂ ਤਾਂ ਮੁਸਲਿਮ ਵਰਡ ਪਾਇਆ ਕਿਉਂਕਿ ਮੈਨੂੰ ਪਤਾ ਗਲਤੀ ਹੋਊਗੀ। ਦੂਜੀ ਸਟੇਟਮੈਂਟ ਕੀ ਆ? ਗਲਤ ਹੈਗੀ ਆ ਕਿ ਮੁਸਲਿਮ ਤੋਂ ਬਿਨਾਂ ਬਾਕੀ ਕਮਿਊਨਿਟੀਜ਼ ਨੂੰ ਭਾਰਤ ਦੇ ਨਾਗਰਿਕ ਬਣਨ ਦਾ ਮੌਕਾ ਦਿੱਤਾ ਜਾ ਰਿਹਾ। ਜਿਹੜੇ 2014 ਤੋਂ ਬਾਅਦ ਇੰਡੀਆ 'ਚ ਆ ਕੇ ਵੱਸ ਗਏ ਆ, ਉਹ ਭਾਰਤ ਦੇ ਨਾਗਰਿਕ ਬਣ ਸਕਦੇ ਆ, ਬਟ ਮੁਸਲਿਮ ਨਹੀਂ ਬਣ ਸਕਦੇ। ਤਾਂ ਇੱਥੇ ਪਹਿਲੀ ਸਟੇਟਮੈਂਟ ਸਹੀ ਆ, ਦੂਜੀ ਸਟੇਟਮੈਂਟ ਕੀ ਹੋ ਜਾਂਦੀ ਆ? ਗਲਤ ਹੋ ਜਾਂਦੀ ਆ। ਪਰ ਜਿੱਥੇ ਮੁਸਲਿਮ ਵਰਡ ਨਾ ਹੋ ਕੇ ਕੀ ਹੁੰਦਾ? ਬੋਧੀ ਹੁੰਦਾ, ਪਾਰਸੀ ਹੁੰਦਾ, ਜੈਨੀ ਹੁੰਦਾ, ਫਿਰ ਆਪਾਂ ਸਹੀ ਆਂਸਰ ਲਗਾ ਦਿੰਦੇ, ਫਿਰ ਇਹ ਸਟੇਟਮੈਂਟ ਜਮਾਂ ਸਹੀ ਹੋ ਜਾਣੀ ਸੀਗੀ। ਪਰ ਇੱਥੇ ਕਿਹਦਾ ਜ਼ਿਕਰ ਕਰਤਾ? ਸਪੈਸ਼ਲੀ ਮੁਸਲਿਮ ਦਾ ਕਰਤਾ, ਮੇਨਲੀ ਵਰਡ ਪਾ ਕੇ ਮੁਸਲਿਮ ਕਰਤਾ। ਮੁਸਲਿਮ ਵਾਸਤੇ ਤਾਂ ਹੈ ਹੀ ਨਹੀਂ ਗਏ ਇਹ, ਉਹਨਾਂ ਨੂੰ ਤਾਂ ਪਰਮਿਸ਼ਨ ਹੀ ਨਹੀਂ ਮਿਲੀ, ਤਾਂ ਜੇ ਤਾਂ ਮੁਸਲਿਮ ਭਾਈਚਾਰਾ ਅਗੇਂਸਟ ਹੋ ਗਿਆ CAA ਦੇ, ਕਾਂਸਟੀਟਿਊਸ਼ਨਲ ਅਮੈਂਡਮੈਂਟ ਐਕਟ 2019 ਦੇ। ਠੀਕ ਹੈ, ਨਿਊਜ਼ ਸੁਣਦੇ ਹੋ ਨਾ, ਤਾਂ ਉਸ 'ਚ ਰਿਹਾ ਇਹ ਕੁਸ਼ਚਨ ਤਾਂ ਬਣ ਸਕਦਾ ਪੇਪਰ ਦੇ ਵਿੱਚ। ਓਕੇ ਭਾਈ, ਡਨ, ਕਲੀਅਰ, ਅੱਗੇ ਚੱਲਦੇ ਹਾਂ। ਮਜ਼ਾ ਆ ਰਿਹਾ ਕੁਸ਼ਚਨ ਸੋਲਵ ਕਰਨ ਦਾ? ਚਲੋ ਪਹਿਲਾਂ ਥਿਊਰੀ ਪੜ੍ਹ ਕੇ ਆਇਆ ਕਰੋ, ਹੁਣ ਤਾਂ ਤੁਹਾਨੂੰ ਪਤਾ ਲੱਗਣ ਲੱਗ ਗਿਆ ਹੋਊਗਾ ਕਿ ਅੱਜ ਸਿਟੀਜ਼ਨਸ਼ਿਪ ਦਾ ਚੈਪਟਰ ਆ, ਅਗਲੇ ਲੈਕਚਰ 'ਚ ਕੀ ਪੜ੍ਹਾਂਗੇ ਆਪਾਂ? ਫੰਡਾਮੈਂਟਲ ਰਾਈਟਸ ਪੜ੍ਹਾਂਗੇ, ਤਾਂ ਪੜ੍ਹ ਕੇ ਆਇਆ ਕਰੋ ਆਪਦਾ। ਠੀਕ ਹੈ, ਫਿਰ ਸੋਲਵ ਕਰਨ ਦਾ ਮਜ਼ਾ ਆਊਗਾ, ਬਿਨਾਂ ਥਿਊਰੀ ਪੜ੍ਹੇ ਸੋਲਵ ਕਰਨ ਦਾ ਮਜ਼ਾ ਨਹੀਂ ਆ ਰਿਹਾ। ਤੁਹਾਨੂੰ ਵੀ ਲੱਗ ਰਿਹਾ ਹੋਊਗਾ ਕਿ ਪਤਾ ਨਹੀਂ ਕੁਸ਼ਚਨ ਕਿੱਥੋਂ ਆ ਰਿਹਾ। ਥਿਊਰੀ ਧਿਆਨ ਨਾਲ ਪੜ੍ਹੋ, ਕੁਸ਼ਚਨ ਸਾਰੇ ਥਿਊਰੀ 'ਚ ਬਣਾ ਰਹੇ ਹਾਂ ਆਪਾਂ, ਨਾਲੇ ਰਿਵੀਜ਼ਨ ਹੋ ਜੂਗੀ ਸਾਰੀ ਦੀ ਸਾਰੀ ਥਿਊਰੀ ਦੀ, ਨਾਲੇ ਕੌਨਫੀਡੈਂਸ ਦੇਖੋ ਕਿੰਨਾ ਬੂਸਟ ਹੋਊਗਾ। ਓਕੇ ਜੀ, ਡਨ। ਅਗਲਾ ਸਵਾਲ ਤਾਂ ਮੈਂ ਜਮਾਂ ਹੀ ਸੌਖਾ ਪਾਇਆ, ਵਿੱਚ ਵਿੱਚ ਮੈਂ ਸੌਖੇ ਸਵਾਲ ਵੀ ਰੱਖਦਾ ਤਾਂ ਕਿ ਤੁਹਾਡਾ ਦਿਲ ਇਹ ਨਾ ਹੋਵੇ ਕਿ ਹਾਂ ਸਾਨੂੰ ਤਾਂ ਕੁਛ ਆਉਂਦਾ ਹੀ ਨਹੀਂ ਆ। ਠੀਕ ਹੈ, ਕਲਾਸ ਤੋਂ ਮੋਟੀਵੇਸ਼ਨ ਲੈਣੀ ਆ ਕਿ ਹਾਂ ਸਾਨੂੰ ਆਉਂਦਾ। ਸਮਾਂ ਹੀ ਸੌਖਾ ਸੀਗਾ। ਕਹਿੰਦੇ ਸਿੰਗਲ ਸਿਟੀਜ਼ਨਸ਼ਿਪ ਆਪਾਂ ਕਿਤੋਂ ਲੈ ਕੇ ਆਏ ਹਾਂ? ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਭਾਰਤ 'ਚ ਕਿਹੜੀ ਨਾਗਰਿਕਤਾ ਪਾਈ ਜਾਂਦੀ ਆ, ਸਿੰਗਲ ਸਿਟੀਜ਼ਨਸ਼ਿਪ ਪਾਈ ਜਾਂਦੀ ਆ। ਸਿੰਗਲ ਕਿਹੜੀ ਹੁੰਦੀ ਆ? ਜਿੱਥੇ ਸਿਰਫ ਕਿਹਦੀ ਹੋਵੇ, ਕੰਟਰੀ ਦੀ ਹੋਵੇ ਨਾਗਰਿਕਤਾ, ਨਾ ਕਿ ਸਟੇਟ ਦੀ ਹੋਵੇ। ਠੀਕ ਹੈ ਜੀ, ਸਿਰਫ ਕਿਹਦੀ ਹੋਵੇ, ਓਨਲੀ ਨਾਗਰਿਕਤਾ ਕਿਹਦੇ ਹੋਵੇ, ਕਿਹਦੀ ਹੋਵੇ ਆਪਣੇ ਕੋਲ, ਕੰਟਰੀ ਦੀ ਹੋਵੇ, ਸਟੇਟ ਦੀ ਨਾ ਹੋਵੇ, ਤਾਂ ਉਹਨੂੰ ਆਪਾਂ ਕਿਹੜੀ ਨਾਗਰਿਕਤਾ ਬੋਲਦੇ ਹਾਂ? ਸਿੰਗਲ ਬੋਲਦੇ ਨੇ। ਬਟ ਜਿੱਥੇ ਕੰਟਰੀ ਪਲੱਸ ਸਟੇਟ ਦੋਵਾਂ ਦੀ ਹੋਵੇ, ਕੰਟਰੀ ਪਲੱਸ ਸਟੇਟ ਦੋਵਾਂ ਦੀ ਹੋਵੇ, ਉਹਨੂੰ ਆਪਾਂ ਕਿਹੜੀ ਨਾਗਰਿਕਤਾ ਬੋਲਦੇ ਹਾਂ? ਡਿਊਲ ਸਿਟੀਜ਼ਨਸ਼ਿਪ ਬੋਲਦੇ ਹਾਂ। ਜਿਵੇਂ ਆਪਾਂ USA 'ਚ ਗੱਲ ਕਰਦੇ ਹਾਂ, USA 'ਚ ਕੀ ਪਾਈ ਜਾਂਦੀ ਆ? ਡਿਊਲ ਸਿਟੀਜ਼ਨਸ਼ਿਪ ਪਾਈ ਜਾਂਦੀ ਆ। ਬਟ ਇੰਡੀਆ ਅਤੇ UK 'ਚ ਕੀ ਹੈਗੀ ਆ? ਸਿੰਗਲ ਸਿਟੀਜ਼ਨਸ਼ਿਪ। ਇਹ ਪੁੱਛ ਰਿਹਾ ਸਿੰਗਲ ਸਿਟੀਜ਼ਨਸ਼ਿਪ ਦਾ ਕਾਨਸੈਪਟ ਆਪਾਂ ਕਿਤੋਂ ਲੈ ਕੇ ਆਏ ਹਾਂ, ਤਾਂ ਆਨਸਰ ਹੋ ਜੂਗਾ ਆਪਣਾ UK ਤੋਂ ਲੈ ਕੇ ਆਏ ਆਪਾਂ। ਓਕੇ ਆ ਜੀ, ਕਲੀਅਰ। UK ਤੋਂ ਹੋਰ ਕੁਛ ਕੀ ਲੈ ਕੇ ਆਏ ਆ? ਦਵਾ ਰਿਵਾਈਜ਼ ਕਰ ਦਿਓ। ਪਾਰਲੀਮੈਂਟਰੀ ਸਿਸਟਮ, ਰਿਟਸ ਪ੍ਰੋਸੈਸ, ਕੈਗ ਦੀ ਪੋਸਟ, PM ਦੀ ਪੋਸਟ, ਹੋਰ ਕੀ ਲੈ ਕੇ ਆਏ ਆ? ਫਟਾਫਟ ਦੱਸੋ। ਰੂਲ ਆਫ ਲਾਅ ਲੈ ਕੇ ਆਏ ਆ। ਠੀਕ ਹੈ ਜੀ, ਸਪੀਕਰ ਦੀ ਪੋਸਟ ਆਪਾਂ ਇਸ ਤੋਂ ਲੈ ਕੇ ਆਏ ਆ। ਤਾਂ ਜਦੋਂ ਵੀ ਕੋਈ ਪੜ੍ਹੀ ਵੀ ਚੀਜ਼ ਮਿਲੇ, ਨਾਲ ਦੀ ਨਾਲ ਕੀ ਕਰਦਿਆ ਕਰੋ? ਰਿਵੀਜ਼ਨ ਕਰਦਿਆ ਕਰੋ। ਠੀਕ ਹੈ ਜੀ, ਆਸਟ੍ਰੇਲੀਆ ਤੋਂ ਲੈਂਗੁਏਜ ਆਫ ਪ੍ਰੀਐਂਬਲ, ਹੋਰ ਕੀ ਲੈਤੇ ਆਏ ਆ? ਜੁਆਇੰਟ ਸੈਸ਼ਨ ਲੈ ਕੇ ਆਏ, ਟ੍ਰੇਡ ਐਂਡ ਇੰਟਰਕੋਰਸ, ਕੌਨਕਰੈਂਟ ਲਿਸਟ, ਜਪਾਨ ਤੋਂ ਰੂਲ ਅਸਟੈਬਲਿਸ਼ ਬਾਏ ਲਾਅ ਲੈ ਕੇ ਆਏ ਆ, USA ਤੋਂ ਕੀ ਲੈ ਕੇ ਆਏ ਆ? ਫੰਡਾਮੈਂਟਲ ਰਾਈਟਸ ਲੈ ਕੇ ਆਏ ਆ, ਆਪਣੇ ਰਿਮੂਵਲ ਪ੍ਰੋਸੈਸ ਲੈ ਕੇ ਆਏ ਆ ਪ੍ਰੈਜੀਡੈਂਟ ਅਤੇ VP ਸੁਪਰੀਮ ਕੋਰਟ ਦੇ ਜੱਜਾਂ ਦਾ। ਠੀਕ ਹੈ ਜੀ, ਹੋਰ ਕੀ ਲੈਤਾ? ਆਈਡੀਆ ਆਫ ਪ੍ਰੀਐਂਬਲ ਲੈ ਕੇ ਆਏ ਹੈਗੇ, ਆਈਡੀਆ ਆਫ ਰਿਟਨ ਕਾਂਸਟੀਟਿਊਸ਼ਨ ਲੈ ਕੇ ਆਏ ਆ, ਜੁਡੀਸ਼ੀਅਲ ਰਿਵਿਊ ਲੈ ਕੇ ਆਏ ਆ। ਓਕੇ, ਡਨ, ਕਲੀਅਰ। ਚਲੋ ਵੀ ਇਹ ਭਾਈ, ਕਈ ਤਾਂ ਸੋਚਦੇ ਹੁੰਦੇ ਆ ਵੀ ਸਰ ਦੇ ਇੰਨੇ ਕੁਛ ਕਿਵੇਂ ਯਾਦ ਹੋਇਆ? ਰਿਵੀਜ਼ਨ, ਰਿਵੀਜ਼ਨ, ਰਿਵੀਜ਼ਨ।
ਸਭ ਤੋਂ ਵੱਡੀ ਚੀਜ਼ ਰਿਵੀਜ਼ਨ ਆ, ਮੇਰੇ ਪੜ੍ਹਾ ਪੜ੍ਹਾ ਯਾਦ ਹੋ ਗਿਆ, ਰਿਵੀਜ਼ਨ ਰਿਵੀਜ਼ਨ ਕਰਕੇ ਯਾਦ ਹੋ ਗਿਆ, ਐਵੇਂ ਤੁਹਾਡੇ ਯਾਦ ਹੋ ਜੂਗਾ, ਠੀਕ ਹੈ। ਚਲੋ ਜੀ, ਅਗਲਾ ਕੁਐਸਚਨ ਆਹ ਸੋਲਵ ਕਰੋ ਤਾਂ ਮੰਨਾਂ ਤੁਹਾਨੂੰ ਮੈਂ। ਕਹਿੰਦੇ ਵੈਨ ਵਾਜ ਦਾ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਨੋਟ ਪਾਸਡ ਬਾਈ ਦੀ ਪਾਰਲੀਮੈਂਟ। ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ, ਪਹਿਲਾਂ ਸਵਾਲ ਸਮਝੋ, 1955 'ਚ ਆਪਣੀ ਨਾਗਰਿਕਤਾ ਦਾ ਐਕਟ ਆਇਆ ਸੀਗਾ, 1955 'ਚ ਨਾਗਰਿਕਤਾ ਦਾ ਐਕਟ ਆਇਆ ਸੀਗਾ। ਸਵਾਲ ਬਣਦਾ ਹੁੰਦਾ ਕਿ ਸਿਟੀਜ਼ਨਸ਼ਿਪ ਕਿੰਨੇ ਵਾਰੀ ਅਮੈਂਡ ਹੋ ਗਈ ਅੱਜ ਤੱਕ, ਸਿਟੀਜ਼ਨਸ਼ਿਪ ਅੱਜ ਤੱਕ ਕਿੰਨੇ ਵਾਰੀ ਅਮੈਂਡ ਹੋ ਗਈ ਆ। ਤਾਂ ਆਂਸਰ ਲਾਵਾਂਗੇ 6 ਵਾਰੀ ਅਮੈਂਡ ਹੋ ਗਿਆ ਸਾਡਾ ਐਕਟ, ਇਹ 1955 ਦਾ ਐਕਟ 6 ਵਾਰੀ ਅਮੈਂਡ ਹੋ ਗਿਆ। ਕਦੋਂ ਕਦੋਂ ਅਮੈਂਡ ਹੋਇਆ? ਪਹਿਲੀ ਵਾਰੀ 1986 ਦੇ ਵਿੱਚ, ਫਿਰ 1992 ਦੇ ਵਿੱਚ, ਫਿਰ 2003 ਦੇ ਵਿੱਚ, ਫਿਰ 2005 ਦੇ ਵਿੱਚ, ਫਿਰ 2015 ਦੇ ਵਿੱਚ, ਫਿਰ 2019 ਦੇ ਵਿੱਚ। ਤਾਂ ਇਹ 6 ਵਾਰੀ ਅਮੈਂਡ ਹੋਈ ਆਪਣੀ ਨਾਗਰਿਕਤਾ। ਪੁੱਛ ਇਹ ਰਿਹਾ ਕਿਹੜੇ ਸਾਲ ਅਮੈਂਡ ਨਹੀਂ ਹੋਈ ਆ, ਤਾਂ ਹੁਣ ਦੇਖੋ 2015 'ਚ ਵੀ ਹੋਈ ਆ, 86 'ਚ ਵੀ ਹੋਈ ਆ, 2019 'ਚ ਵੀ ਹੋਈ ਆ, ਬਟ 2002 ਦੇ ਵਿੱਚ ਨਹੀਂ ਹੋਈ ਆ। ਤਾਂ ਆਂਸਰ ਕੀ ਬਣ ਜੂਗਾ? ਆਪਸ਼ਨ ਡੀ, ਕਿਉਂਕਿ ਅਮੈਂਡ ਕਦੋਂ ਹੋਈ ਆ? 2003 'ਚ ਹੋਈ ਆ। ਕਿਵੇਂ ਯਾਦ ਹੋਣਗੇ? ਈਅਰ ਆ ਦੇਖੋ, ਪਹਿਲਾ ਈਅਰ ਯਾਦ ਰੱਖ ਲਓ 86, ਕਿੰਨੇ ਵਾਰੀ ਅਮੈਂਡ ਹੋ ਗਈ ਆ? 6 ਵਾਰੀ, 6 ਐਡ ਕਰ ਦਿਓ, ਕਿੰਨੇ ਆ ਗਏ? 92। ਫਿਰ ਪਾਕਸਰੀ ਪਿੰਡਾਂ 'ਚ ਬੋਲਦੇ ਹੁਣ, ਬਾਲਾ 3-5 ਨਾ ਕਰੀ, ਬਾਲਾ 3-5 ਨਾ ਕਰੀ, ਨਹੀਂ ਠੋਕ ਦਾਂਗੇ, ਹੈ ਨਾ। ਤਾਂ 3-5 ਤੋਂ ਈਅਰ ਯਾਦ ਹੋ ਗਏ। ਫਿਰ 3 ਅਤੇ 5 ਨੂੰ ਮਲਟੀਪਲਾਈ ਕਰੋ, ਕਿੰਨਾ ਬਣ ਗਿਆ? 15। ਅਤੇ 2019 ਤਾਂ ਹਰ ਇੱਕ ਨੂੰ ਯਾਦ ਆ ਵੀ 2019 'ਚ ਅਮੈਂਡਮੈਂਟ ਹੋਈ ਸੀਗੀ। ਆ ਗਿਆ ਮਜ਼ਾ? ਠੀਕ ਹੈ ਜੀ, ਓਕੇ ਆ। ਚਲੋ, ਤਾਂ 6 ਵਾਰੀ ਅਮੈਂਡਮੈਂਟ ਹੋਈ ਆ, ਕਿਹੜੇ ਕਿਹੜੇ ਸਾਲ? 86, 92, 3, 5, 15 ਅਤੇ 19 ਦੇ ਵਿੱਚ। ਇਹਨੇ ਪੁੱਛਿਆ ਸੀਗਾ ਕਿਹੜੇ ਸਾਲ ਅਮੈਂਡਮੈਂਟ ਨਹੀਂ ਹੋਈ ਆ, ਤਾਂ 15 'ਚ ਵੀ ਹੋਈ ਆ, 86 'ਚ ਵੀ ਹੋਈ ਆ, 19 'ਚ ਵੀ ਹੋਈ ਆ, 2002 'ਚ ਨਹੀਂ ਹੋਈ ਆ, ਕਿਉਂਕਿ ਕਦੋਂ ਹੋਈ ਆ? 2003 'ਚ ਹੋਈ ਆ। ਓਕੇ ਆ ਭਾਈ, ਡਨ, ਕਲੀਅਰ, ਮਜ਼ਾ ਆ ਰਿਹਾ? ਤਾਂ ਫਿਰ ਲਾਈਕ ਸ਼ੇਅਰ ਦੱਬ ਕੇ ਅੱਗੇ ਚਲੋ ਜੀ। ਅਗਲਾ ਕੁਐਸਚਨ ਸੌਖਾ ਹੀ ਆ, ਕਰੋ ਸੋਲਵ, ਪੜ੍ਹੋ ਕੁਐਸਚਨ। How many years does a person of India origin need to reside in India to become a citizen of India under Citizenship Act 1955? ਕਹਿੰਦੇ 1955 ਦੇ ਐਕਟ ਦੇ ਤਹਿਤ ਭਾਰਤ ਦਾ ਨਾਗਰਿਕ ਬਣਨ ਦੇ ਲਈ ਵਿਅਕਤੀ ਨੂੰ ਕਿੰਨੇ ਸਾਲ ਭਾਰਤ ਦੇ ਵਿੱਚ ਰਹਿਣਾ ਪਊਗਾ? 5 ਸਾਲ, 3 ਸਾਲ, 7 ਸਾਲ ਜਾਂ 10 ਸਾਲ? ਸਿੰਪਲ ਜਿਹਾ ਕੁਐਸਚਨ ਸੀਗਾ, ਇੱਥੇ ਜ਼ਿਆਦਾ ਕੁਛ ਸਮਝਣ ਵਾਲਾ ਨਹੀਂ ਆ। ਰਾਈਟ ਆਂਸਰ ਕੀ ਬਣ ਜੂਗਾ? ਆਪਸ਼ਨ ਸੀ, 7 ਈਅਰ। ਠੀਕ ਹੈ ਜੀ, ਆਪਸ਼ਨ ਕੀ ਬਣ ਜੂਗਾ? ਸੀ, ਕਿੰਨੇ ਸਾਲ ਰਹਿਣਾ ਪਊਗਾ ਇੰਡੀਆ ਦੇ ਵਿੱਚ ਉਹਨੂੰ? 7 ਸਾਲਾਂ ਤੀਕਰ ਰਹਿਣਾ ਪਊਗਾ। ਕਿੰਨੇ ਸਾਲ ਰਹਿਣਾ ਪਊਗਾ? 7 ਸਾਲ। ਇੱਕ ਕੁਐਸਚਨ ਸੀਗਾ, ਕੁਐਰੀ ਸੀਗੀ ਤੁਹਾਡੀ, ਜਿਹੜਾ ਤੁਸੀਂ ਕਮੈਂਟ ਦੇ ਵਿੱਚ ਕਿਹਾ ਸੀਗਾ ਕਿ ਸਰ ਲਾਈਵ ਕਲਾਸ ਕਿੰਨੇ ਵਜੇ ਹੁੰਦੀ ਆ? ਕਲਾਸ ਲਾਈਵ ਨਹੀਂ ਹੁੰਦੀ, ਕਲਾਸ ਰਿਕਾਰਡਡ ਕਲਾਸ ਹੁੰਦੀ ਆ ਤੁਹਾਡੀ, ਕਿਉਂਕਿ ਜਦੋਂ ਤੁਹਾਨੂੰ ਟਾਈਮ ਮਿਲਦਾ ਤੁਸੀਂ ਉਸ ਨੂੰ ਉਸ ਟਾਈਮ ਦੇਖ ਸਕਦੇ ਹੋ। ਲਾਈਵ ਮੈਂ ਇਸੇ ਕਰਕੇ ਨਹੀਂ ਲੈ ਕੇ ਆਉਂਦਾ ਕਿਉਂਕਿ ਮੋਸਟਲੀ ਸਟੂਡੈਂਟਸ ਦਾ ਜਿਹੜਾ ਹੈਗਾ ਰੁਝਾਨ ਹੈਗਾ ਉਹ ਆਪਣੇ ਆਪਣੇ 'ਤੇ ਡਿਪੈਂਡ ਕਰਦਾ ਕਿ ਉਹ ਕਦੋਂ ਪੜ੍ਹਦੇ ਆ। ਕੋਈ ਗੱਲ ਨਹੀਂ, ਤੁਹਾਡੇ ਜੇ ਵਧੀਆ ਵਿਊ ਰਹੇ, ਵਧੀਆ ਤੁਹਾਡਾ ਰਿਸਪੋਂਸ ਰਿਹਾ, ਤਾਂ ਆਪਾਂ ਲਾਈਵ ਵੀ ਆਵਾਂਗੇ ਤੁਹਾਡੇ ਨਾਲ, ਲਾਈਵ ਵੀ ਗੱਲਬਾਤ ਕਰਿਆ ਕਰਾਂਗੇ। ਠੀਕ ਹੈ ਜੀ, ਪਰ ਇਸ ਵਕਤ ਰਿਕਾਰਡਿਡ ਕਲਾਸ ਹੈਗੀ ਹੈ ਤੁਹਾਡੀ। ਠੀਕ ਹੈ ਜੀ, ਚਲੋ ਅਗਲਾ ਸਵਾਲ ਸੋਲਵ ਕਰਦੇ ਹਾਂ। ਅਗਲਾ ਕੁਐਸਚਨ ਘੰਟਾ ਸੋਲਵ ਕਰੋ। ਕਹਿੰਦੇ ਵਟ ਇਜ਼ ਦਾ ਪਰਪਜ਼ ਆਫ ਦੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019? ਭਾਈ 2019 'ਤੇ ਮੈਂ ਤਾਂਹੀਓ 2-3 ਸਵਾਲ ਲੈ ਕੇ ਆਇਆ ਕਿਉਂਕਿ ਕੁਐਸਚਨ ਬਣਨ ਦੇ 101% ਚਾਂਸਸ ਆ। ਕਹਿੰਦੇ 19 ਦੀ ਜਿਹੜੀ ਸਿਟੀਜ਼ਨਸ਼ਿਪ ਅਮੈਂਡਮੈਂਟ ਹੋਈ ਆ ਉਹਦਾ ਕਾਰਨ ਕੀ ਸੀਗਾ, ਕਿਉਂ ਕੀਤੀ ਗਈ? ਟੂ ਰਿਮੂਵ ਇਲੀਗਲ ਇਮੀਗ੍ਰੇਸ਼ਨ ਰਿਜ਼ਾਈਡ ਇਨਸਾਈਡ ਇੰਡੀਆ, ਭਾਰਤ ਅੰਦਰ ਰਹਿ ਰਹੇ ਗੈਰ ਪ੍ਰਵਾਸੀਆਂ ਨੂੰ ਹਟਾਉਣਾ, ਕਿ ਜਿਹੜੇ ਭਾਰਤ 'ਚ ਰਹਿ ਰਹੇ ਗੈਰ ਪ੍ਰਵਾਸੀ ਉਹਨਾਂ ਨੂੰ ਹਟਾ ਦਿੱਤਾ ਜਾਵੇ? ਨਾ ਨਾ, ਇਹ ਜਿਹਾ ਕੁਛ ਵੀ ਨਹੀਂ ਹੈਗਾ, ਗਲਤ ਆ। ਟੂ ਆਈਡੈਂਟੀਫਾਈ ਜੈਨੀਅਨ ਇੰਡੀਅਨ ਸਿਟੀਜ਼ਨ, ਅਸਲ ਭਾਰਤੀ ਨਾਗਰਿਕਤਾ ਦੀ ਪਹਿਚਾਣ ਕਰਨਾ, ਜਿਹੜਾ ਭਾਰਤ ਦਾ ਨਾਗਰਿਕ ਹੋਇਆ ਉਹ ਅਸਲ ਕੀ ਅਤੇ ਨਕਲ ਕੀ? ਠੀਕ ਹੈ, ਤਾਂ ਦੂਜੀ ਵੀ ਗਲਤ ਹੋ ਗਈ। ਟੂ ਚੈੱਕ ਬਾਰਡਰ ਇਨਫਲੈਂਟਰੇਸ਼ਨ ਬਾਏ ਫੋਰਨਰਜ਼, ਸਰਹੱਦ 'ਤੇ ਵਿਦੇਸ਼ੀਆਂ ਦੀ ਘੁਸਪੈਠ ਨੂੰ ਰੋਕਣਾ, ਇਹਦਾ ਤਾਂ ਸਿਟੀਜ਼ਨਸ਼ਿਪ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ, ਤਾਂ ਗਲਤ ਹੋ ਗਿਆ।
to grant citizenship to persecuted minorities group of Afghanistan, Bangladesh and Pakistan. Afghanistan, Bangladesh ਦੇ ਸਤਾਏ ਹੋਏ ਘੱਟ ਗਿਣਤੀ ਸਮੂਹਾਂ ਨੂੰ ਨਾਗਰਿਕਤਾ ਦੇਣ ਦੇ ਲਈ ਅਤੇ ਪਾਕਿਸਤਾਨ ਤੋਂ, ਠੀਕ ਹੈ ਜੀ। ਤਾਂ ਇਹ ਰੀਜ਼ਨ ਹੈਗਾ ਆਪਸ਼ਨ ਡੀ ਕਿ 2019 ਦੀ ਅਮੈਂਡਮੈਂਟ ਇਸੇ ਕਰਕੇ ਹੋ ਰਹੀ ਆ ਕਿ ਜਿਹੜੇ ਆਪਣੇ ਮਾਇਨੋਰਟੀਜ਼ ਨੇ, ਆਪਣੇ ਜੈਨੀ, ਬੋਧੀ, ਪਾਰਸੀ, ਇਹਨਾਂ ਨੂੰ ਕੀ ਦਿੱਤੀ ਜਾ ਸਕੇ, ਰੈਜੀਡੈਂਸ਼ਨ ਦਿੱਤੀ ਜਾ ਸਕੇ, ਕਿੱਥੇ, ਇੰਡੀਆ ਦੇ ਵਿੱਚ, ਠੀਕ ਹੈ ਜੀ, ਸਿਟੀਜ਼ਨਸ਼ਿਪ ਪ੍ਰੋਵਾਈਡ ਕੀਤੀ ਜਾ ਸਕੇ। ਤਾਂ ਜੋ 2019 ਦਾ ਐਕਟ ਜਿਹੜਾ ਹੈਗਾ ਉਹ ਚਰਚਾ ਦੇ ਵਿੱਚ ਹੈਗਾ। ਓਕੇ ਭਾਈ, ਡਨ, ਕਲੀਅਰ। ਚਲੋ ਜੀ, ਅਗਲਾ ਸਵਾਲ ਦੇਖੋ, ਸੌਖਾ ਹੀ ਆ, ਵੱਡਾ ਦੇਖ ਕੇ ਨਾ ਕੁਸ਼ਚਨ ਡਰ ਜਿਆ ਕਰੋ, ਕੁਸ਼ਚਨ ਸੌਖਾ ਹੀ ਆ। ਇਹ ਯਾਰ ਪੰਜਾਬੀ ਦੀ ਟ੍ਰਾਂਸਲੇਸ਼ਨ ਹੋਣ ਕਰਕੇ ਥੋੜ੍ਹੇ ਜਿਹੇ ਅੱਖਰ ਛੋਟੇ ਹੋ ਜਾਂਦੇ ਆ, ਅਦਰਵਾਈਜ਼ ਮੈਂ ਕੋਸ਼ਿਸ਼ ਤਾਂ ਕਰਦਾ ਅੱਖਰ ਵੱਡੇ ਹੀ ਹੋਣ, ਠੀਕ ਹੈ। ਅੱਜ ਜਿਹੜੀ ਵੀਡੀਓ ਦੀ ਆ ਕੁਆਲਿਟੀ ਥੋੜ੍ਹੀ ਵਧਾ ਲਿਆ ਕਰੋ, ਨੈੱਟ ਪੈਕ ਜੇ ਮੁੱਕਦਾ ਹੈਗਾ ਭਾਈ ਤਾਂ ਉਹ ਥੋੜ੍ਹਾ ਜਿਹਾ ਤੁਸੀਂ ਬਾਕੀ ਦੇ ਸੋਸ਼ਲ ਮੀਡੀਆ 'ਤੇ ਨੈੱਟ ਜ਼ਿਆਦਾ ਖਰਚ ਕਰਨ ਦੀ ਬਜਾਏ ਕਲਾਸ 'ਤੇ ਖਰਚ ਕਰ ਲਿਆ ਕਰੋ, ਠੀਕ ਹੈ। ਮੈਂ ਕਲਾਸ 'ਚ ਬੋਲਦਾ ਐਵੇਂ ਆਫਲਾਈਨ ਕਲਾਸ ਚੱਲ ਰਹੀ ਸੀਗੀ ਤਾਂ ਕਿਸੇ ਸਟੂਡੈਂਟ ਨੇ ਕਿਹਾ ਸਰ ਕਹਿੰਦੇ ਫਾਊਂਟ ਨਹੀਂ ਦਿਖਦੇ, ਮੈਂ ਕਹਿ ਰਿਹਾ ਮੈਂ ਕਰਿਆ ਕਰ ਆਪਦੀ ਜਿਹੜੀ ਵੀਡੀਓ ਦੀ ਕੁਆਲਿਟੀ ਵਧਾ ਲਿਆ ਕਰ, ਕਹਿੰਦਾ ਜੀ ਮੇਰੇ ਕੋਲ 5G ਨਹੀਂ ਹੈ, 4G ਹੈ, ਕਹਿੰਦਾ ਮੇਰਾ ਵੀ ਡਾਟਾ ਮੁੱਕ ਜਾਂਦਾ। ਤਾਂ ਇਹੀ ਚੀਜ਼ ਭਾਈ ਕਿ ਆਪਦਾ ਜਿਹੜਾ ਸੋਸ਼ਲ ਮੀਡੀਆ 'ਤੇ ਥੋੜ੍ਹਾ ਡਾਟਾ ਬਚਾ ਕੇ ਰੱਖਿਆ ਕਰੋ, ਉੱਥੋਂ ਯੂਜ਼ ਕਰਨ ਦੀ ਬਜਾਏ ਇੱਧਰ ਯੂਜ਼ ਕਰ ਲਿਆ ਕਰੋ, ਠੀਕ ਹੈ ਜੀ। ਚਲੋ ਸੋਲੋ ਕਰਦੇ ਹਾਂ। ਕਹਿੰਦੇ ਵਿੱਚ ਆਫ ਦੀ ਫਾਲੋਇੰਗ ਇਜ਼ ਆਰ ਸਮ ਆਫ ਦੀ ਵੇਜ਼ ਲੋਸਿੰਗ ਸਿਟੀਜ਼ਨਸ਼ਿਪ, ਭਾਰਤੀ ਨਾਗਰਿਕਤਾ ਖਤਮ ਕਰਨ ਦੇ ਕਿੰਨੇ ਤਰੀਕੇ ਆ, ਸਭ ਨੂੰ ਦੱਸਿਆ ਹੋਇਆ 3 ਤਰੀਕੇ ਆ, ਕਿਹੜੇ ਕਿਹੜੇ, ਬਾਏ ਟਰਮੀਨੇਸ਼ਨ, ਬਾਏ ਜਿਹੜਾ ਹੈਗਾ ਡਿਪੋਰਟ ਕਰ ਦੇਣਾ, ਠੀਕ ਹੈ ਜੀ, ਬਾਏ ਰੈਜ਼ਿਗਨੇਸ਼ਨ ਦੇ ਥਰੂ ਕਿ ਜਦੋਂ ਆਪਾਂ ਆਪਦੀ ਮਰਜ਼ੀ ਨਾਲ, ਬਾਏ ਰੈਨੈਸਟੇਸ਼ਨ ਕਹਿ ਦਿੰਦੇ ਜਿਹਨੂੰ ਆਪਾਂ, ਕਿ ਆਪਦੀ ਮਰਜ਼ੀ ਨਾਲ ਤਿਆਗ ਦੇਣੀ, ਜਾਂ ਭਾਰਤ ਦੇ ਦਾਸ ਨੇ ਤੁਹਾਡੀ ਖਤਮ ਕਰਤੀ ਨਾਗਰਿਕਤਾ, ਜਾਂ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲਈ। ਉਹ ਪੜ੍ਹਾਉਣਾ ਹੁੰਦਾ ਨਾ ਤੁਹਾਡੀ ਕਲਾਸ ਦੇ ਵਿੱਚ, ਮੈਂ ਜਦੋਂ ਥੋੜ੍ਹੀ ਕਲਾਸ ਚੱਲਦੀ ਹੁੰਦੀ ਆ ਤੁਹਾਡੀ, ਠੀਕ ਹੈ। ਚਲੋ ਉਹੀ ਦੇਖਦੇ ਆਪਾਂ ਹੁਣ ਕਿ ਨਾਗਰਿਕਤਾ ਖਤਮ ਕਿਵੇਂ ਹੁੰਦੀ ਹੈ। ਪਹਿਲਾਂ ਕਹਿ ਰਿਹਾ, ਵੈਨ ਐਨ ਇੰਡੀਅਨ ਸਿਟੀਜ਼ਨ ਵਲੰਟਰੀਲੀ ਐਕਵਾਇਰ ਸਿਟੀਜ਼ਨ ਆਫ ਅਨਦਰ ਕੰਟਰੀ। ਸਮਾਂ ਸਹੀ ਆ, ਇਹਦਾ ਆਰਟੀਕਲ ਵੀ ਯਾਦ ਰੱਖਣਾ, ਆਰਟੀਕਲ 9, ਠੀਕ ਹੈ ਜੀ। ਕਹਿੰਦੇ ਜਦੋਂ ਕੋਈ ਵਿਅਕਤੀ ਭਾਰਤ ਦੀ ਨਾਗਰਿਕਤਾ ਨੂੰ ਛੱਡੇ ਬਿਨਾਂ, ਜਾਂ ਆਪਾਂ ਸਿੰਪਲ ਕਹਿ ਲਓ ਕਿ ਜਦੋਂ ਕੋਈ ਵਿਅਕਤੀ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲੈਂਦਾ, ਤਾਂ ਉਹਦੀ ਨਾਗਰਿਕਤਾ ਆਪਣੇ ਆਪ ਕੀ ਹੋ ਜਾਂਦੀ ਆ, ਖਤਮ ਹੋ ਜਾਂਦੀ ਆ। ਮੈਂ ਅੱਗੇ ਤਾਂ ਨਹੀਂ ਆਉਂਦਾ, ਮੈਨੂੰ ਵੀ ਦੱਸ ਦਿਓ, ਮੈਨੂੰ ਲੱਗਦਾ ਕਿ ਮੈਂ ਅੱਗੇ ਆ ਜਾਂਦਾ ਹੁਣ ਕਈ ਵਾਰੀ ਕੁਸ਼ਚਨਾਂ ਦੇ, ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਸਾਈਡ 'ਤੇ ਹੀ ਰਹਾਂ, ਉੱਧਰ ਖੜ੍ਹਦੇ ਹਾਂ, ਠੀਕ ਹੈ। ਤਾਂ ਕਹਿੰਦੇ ਭਾਰਤ ਦੀ ਨਾਗਰਿਕਤਾ ਕਹਿੰਦੇ ਖਤਮ ਹੋ ਜੂਗੀ ਆਪਣੇ ਆਪ ਜਦੋਂ ਕਿਸੇ ਦੂਸਰੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲਈ, ਤਾਂ ਜਮਾਂ ਸਹੀ ਆ, ਤੁਹਾਨੂੰ ਆਰਟੀਕਲ 9 ਦੇ ਵਿੱਚ ਪੜ੍ਹਾਇਆ ਜਾਂਦਾ, ਤਾਂ ਪਹਿਲੀ ਸਟੇਟਮੈਂਟ ਤਾਂ ਜਮਾਂ ਸਹੀ ਆ। ਦੂਜੀ, ਦਾ ਸਿਟੀਜ਼ਨ ਹੈਜ਼ ਬੀਨ ਆਰਡਨਰੀ ਰੈਜੀਡੈਂਟ ਆਊਟ ਆਫ ਇੰਡੀਆ ਫੋਰ 7 ਈਅਰ ਕੰਟੀਨਿਊਸਲੀ। ਜੇਕਰ ਤੁਸੀਂ ਭਾਰਤ ਤੋਂ ਲਗਾਤਾਰ 7 ਸਾਲ ਬਾਹਰ ਰਹਿ ਰਹੇ ਹੋ, ਤਾਂ ਵੀ ਤੁਹਾਡੀ ਭਾਰਤ ਦੀ ਨਾਗਰਿਕਤਾ ਕੀ ਹੋ ਜੂਗੀ, ਖਤਮ ਹੋ ਜੂਗੀ। ਇਹ ਵੀ ਬਿਲਕੁਲ ਸਹੀ ਹੈਗੀ ਆ। ਦਾ ਸਿਟੀਜ਼ਨ ਹੈਜ਼ ਵਿਦਇਨ 5 ਈਅਰਸ ਆਫਟਰ ਰਜਿਸਟ੍ਰੇਸ਼ਨ ਔਰ ਨੈਚੁਰਲਾਈਜੇਸ਼ਨ ਬੀਨ ਇੰਪ੍ਰੀਜ਼ਨਡ ਇਨ ਐਨੀ ਕੰਟਰੀ ਫੋਰ 2 ਈਅਰਸ। ਕਹਿੰਦੇ ਕੋਈ ਨਾਗਰਿਕ ਰਜਿਸਟ੍ਰੇਸ਼ਨ ਜਾਂ ਨੈਚੁਰਲਾਈਜੇਸ਼ਨ ਤੋਂ ਬਾਅਦ 5 ਸਾਲ ਦੇ ਅੰਦਰ ਕਿਸੇ ਵੀ ਦੇਸ਼ ਵਿੱਚ 2 ਸਾਲਾਂ ਲਈ ਕੈਦ ਹੋਇਆ ਹੈਗਾ, ਤਾਂ ਉਹਦੀ ਵੀ ਨਾਗਰਿਕਤਾ ਕੀ ਹੋ ਜੂਗੀ, ਖਤਮ ਹੋ ਜੂਗੀ। ਇਹ ਵੀ ਲਾਈਨ ਕੀ ਹੈਗੀ ਆ, ਜਮਾਂ ਸਹੀ ਆ, ਕਿ ਜੇ ਤੁਸੀਂ ਨਾਗਰਿਕਤਾ ਨੈਚੁਰਲਾਈਜੇਸ਼ਨ ਦੇ ਬੇਸ 'ਤੇ ਪ੍ਰਾਪਤ ਕੀਤੀ ਸੀਗੀ, ਪਰ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ 2 ਸਾਲਾਂ ਲਈ ਕੈਦ ਹੋ ਜਾਂਦੇ ਹੋ, ਤਾਂ ਵੀ ਤੁਹਾਡੀ ਨਾਗਰਿਕਤਾ ਕੀ ਹੋ ਜੂਗੀ, ਕੈਂਸਲ ਕਰ ਦਿੱਤੀ ਜਾਵੇਗੀ। ਤਾਂ ਰਾਈਟ ਆਂਸਰ ਕੀ ਬਣ ਜੂਗਾ ਇੱਥੇ, 1, 2 and 3 ਬਣ ਜੂਗਾ। ਕੀ ਬਣ ਜੂਗਾ? 1, 2 and 3 ਬਣ ਜੂਗਾ। ਹੁਣ ਸਿੰਪਲ ਜੇ ਸ਼ਬਦਾਂ ਦੇ ਵਿੱਚ ਮੈਂ ਸਮਝਾਵਾਂ, ਤਾਂ ਆਪਾਂ ਅਗਲੀ ਸਾਈਡ 'ਤੇ ਜਾਂਦੇ ਹਾਂ, ਉੱਥੇ ਸਮਝਾਉਣਾ ਮੈਂ ਤੁਹਾਨੂੰ। ਦੇਖੋ, ਨਾਗਰਿਕਤਾ ਖਤਮ ਹੋਣ ਦੇ ਪ੍ਰਾਪਤੀ ਦੇ ਕਿੰਨੇ ਤਰੀਕੇ ਆ? 5 ਤਰੀਕੇ ਆ, ਤੁਹਾਨੂੰ ਸਮਝਾਇਆ ਹੋਇਆ ਸਾਰਿਆਂ ਨੂੰ, ਨਾਗ ਪ੍ਰਾਪਤੀ ਦੇ 5 ਤਰੀਕੇ, ਬਾਏ ਬਰਥ, ਡੀਸੈਂਟ, ਰਜਿਸਟ੍ਰੇਸ਼ਨ, ਨੈਚੁਰਲਾਈਜੇਸ਼ਨ, ਕੁਦਰਤੀ ਰੂਪ ਨਾਲ ਬੋਲਦੇ ਹਾਂ ਜਿਹਨੂੰ ਆਪਾਂ ਨੈਚੁਰਲਾਈਜੇਸ਼ਨ, ਠੀਕ ਹੈ ਜੀ, ਬਾਏ ਬਰਥ, ਡੀਸੈਂਟ, ਰਜਿਸਟ੍ਰੇਸ਼ਨ, ਨੈਚੁਰਲਾਈਜੇਸ਼ਨ, ਬਾਏ ਐਕਵਾਇਰ ਐਨੀ ਏਰੀਆ ਜਾਂ ਟੈਰੀਟਰੀ, ਬਾਏ ਐਕਵਾਇਰ ਐਨੀ ਏਰੀਆ,
ਕਿ ਜਦੋਂ ਆਪਾਂ ਕਿਸੇ ਏਰੀਏ 'ਤੇ ਕਬਜ਼ਾ ਕਰਦੇ ਹਾਂ, ਠੀਕ ਹੈ ਜੀ, ਇਹ ਵੀ ਹੋ ਗਿਆ। ਫਿਰ ਖੂਨ ਦੇ ਕਿੰਨੇ ਤਰੀਕੇ ਆ? ਤਿੰਨ ਤਰੀਕੇ ਆ, ਬਾਏ ਰੈਨੋਸੀਏਸ਼ਨ, ਜਦੋਂ ਤੁਸੀਂ ਆਪਦੀ ਮਰਜ਼ੀ ਦੇ ਨਾਲ ਤਿਆਗ ਰਹੇ ਹੋ ਨਾਗਰਿਕਤਾ, ਜਿਹਨੂੰ ਪੰਜਾਬੀ 'ਚ ਬੋਲਦੇ ਆ ਤਿਆਗ ਰਾਹੀਂ। ਦੂਸਰਾ ਹੁੰਦਾ ਬਾਏ ਟਰਮੀਨੇਸ਼ਨ, ਜਦੋਂ ਭਾਰਤ ਦੇਸ਼ ਨੇ ਤੁਹਾਡੀ ਨਾਗਰਿਕਤਾ ਖਤਮ ਕਰਤੀ। ਤੀਜਾ ਹੁੰਦਾ ਹੈਗਾ ਬਾਏ ਡੈਪਰੀਸੀਵੇਸ਼ਨ, ਡੈਪਰੀਸੀਵੇਸ਼ਨ, ਬਾਏ ਡੈਪਰੀਸੀਵੇਸ਼ਨ, ਜਿਹਨੂੰ ਆਪਾਂ ਬੋਲਦੇ ਹਾਂ ਡਿਪੋਰਟ ਕਰ ਦੇਣਾ, ਠੀਕ ਹੈ। ਹੁਣ ਦੇਖੋ ਰੈਨੋਸੀਏਸ਼ਨ ਮਤਲਬ ਤਿਆਗ ਰਾਹੀਂ ਜਦੋਂ ਤੁਸੀਂ ਆਪਦੀ ਮਰਜ਼ੀ ਨਾਲ ਖਤਮ ਕੀਤੀ ਹੈ ਤਾਂ ਹੋ ਸਕਦੀ ਹੈ। ਟਰਮੀਨੇਸ਼ਨ ਕਿ ਜਦੋਂ ਤੁਸੀਂ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰ ਲਈ, ਤੁਹਾਡੀ ਨਾਗਰਿਕਤਾ ਖਤਮ ਹੋ ਗਈ ਆਰਟੀਕਲ 9 ਦੇ ਤਹਿਤ। ਬਾਏ ਡੈਪਰੀਸੀਵੇਸ਼ਨ ਕਿ ਜਦੋਂ ਤੁਹਾਨੂੰ ਇੰਡੀਆ ਨੇ, ਤੁਸੀਂ ਨੈਚੁਰਲਾਈਜੇਸ਼ਨ ਦੇ ਬੇਸ 'ਤੇ ਨਾਗਰਿਕਤਾ ਪ੍ਰਾਪਤ ਕੀਤੀ ਸੀਗੀ, ਬਟ ਤੁਹਾਨੂੰ ਇੰਡੀਆ ਨੇ ਕੀ ਕਰਤਾ ਹੈਗਾ, ਡਿਪੋਰਟ ਕਰਤਾ ਹੋਵੇ, ਠੀਕ ਹੈ ਜੀ, ਤਾਂ ਹੁਣ ਆਪਾਂ ਡੈਪਰੀਸੀਵੇਸ਼ਨ ਬੋਲਦੇ ਨੇ। ਓਕੇ ਭਾਈ, ਡਨ। ਤਾਂ ਸਿਟੀਜ਼ਨਸ਼ਿਪ ਦਾ ਛੋਟਾ ਜਿਹਾ ਹੀ ਚੈਪਟਰ ਹੈਗਾ, 5 ਤੋਂ 11 ਦਾ, ਬਟ ਕੁਸ਼ਚਨ ਬਣ ਜਾਂਦੇ ਹੁੰਦੇ, ਮੋਸਟਲੀ ਕੁਸ਼ਚਨ ਬਣਦੇ ਹੁੰਦੇ ਆ ਇਹਦੀ ਪ੍ਰਾਪਤੀ ਦੇ ਉੱਪਰ, ਨਾਗਰਿਕਤਾ ਖੋਣ ਦੇ ਉੱਪਰ। ਔਰ ਅੱਜ ਜਿਹੜਾ ਕੱਲ੍ਹ ਕੁਸ਼ਚਨ, ਅੱਜ ਕੱਲ੍ਹ ਜਿਹੜੇ ਮੈਨੂੰ ਲੱਗਦਾ ਕਿ ਕੁਸ਼ਚਨ ਪੱਕਾ ਫਰੇਮ ਹੋ ਸਕਦੇ ਆ, 2019 ਦੇ ਅਮੈਂਡਮੈਂਟ ਐਕਟ 'ਤੇ ਹੋਣਗੇ, ਤਾਂ ਜੋ ਕਰਕੇ ਆਪਾਂ ਦੋਨੋਂ ਕੁਸ਼ਚਨ ਸੋਲਵ ਕੀਤੇ ਆ। ਜ਼ਿਆਦਾਤਰ ਸਟੂਡੈਂਟ ਇਹੀ ਪੁੱਛਦੇ ਆ ਕਿ CAA 2019 ਹੈ ਕੀ, ਇਸੇ ਨੂੰ ਬੋਲਦੇ ਆ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ 2019 ਬੋਲਦੇ, ਜਿਹਦੇ ਤਹਿਤ ਮਾਈਨੋਰਟੀਜ਼ ਨੂੰ ਮੌਕਾ ਮਿਲ ਰਿਹਾ ਹੈ ਬੰਗਲਾਦੇਸ਼, ਪਾਕਿਸਤਾਨ ਤੋਂ ਆਉਣ ਵਾਲਿਆਂ ਨੂੰ, ਕਿ ਉਹ ਇੰਡੀਆ ਦੇ ਵਿੱਚ ਰਹਿ ਸਕਦੇ ਹੈਗੇ ਜਿਹੜੇ ਦਸੰਬਰ 2014 ਤੋਂ ਬਾਅਦ ਇੰਡੀਆ ਦੇ ਵਿੱਚ ਆਏ ਹੈਗੇ, ਠੀਕ ਹੈ ਜੀ। ਮੁਸਲਿਮ ਵਾਸਤੇ ਇਹ ਪ੍ਰਿਓਰਟੀ ਨਹੀਂ ਹੈਗੀ ਆ, ਇੱਕ ਤਾਂਜੋ ਕਰਕੇ ਤਾਂ ਬਵਾਲ ਹੋ ਰਿਹਾ ਹੈਗਾ। ਓਕੇ ਭਾਈ, ਡਨ। ਚਲੋ ਮਿਲਦੇ ਹਾਂ ਚੈਪਟਰ ਨੰਬਰ 3 ਦੇ ਨਾਲ, ਆਪਣੇ ਫੰਡਾਮੈਂਟਲ ਰਾਈਟਸ ਦੇ ਨਾਲ ਅਗਲੀ ਕਲਾਸ ਦੇ ਵਿੱਚ। ਤਾਂ ਅਗਲਾ ਲੈਕਚਰ ਆਪਣਾ ਫੰਡਾਮੈਂਟਲ ਰਾਈਟਸ 'ਤੇ ਹੋਏਗਾ, ਤਿਆਰੀ ਰੱਖਿਆ ਕਰੋ, ਆਪਦੀ ਥਿਊਰੀ ਪੜ੍ਹ ਕੇ ਰੱਖਿਆ ਕਰੋ, ਫਿਰ ਕੁਸ਼ਚਨ ਸੋਲਵ ਕਰਨ 'ਚ ਮਜ਼ਾ ਆਊਗਾ। ਤਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਟੂ ਆਲ ਆਫ ਯੂ।